चुप कर जाओ, तुसी मेरा पुत्र की जान तो बनी हुई है। वे तेरा प्यू आंदा ना, तो मैं उन्हें कहनी हूं
ਕਿੱਥੋਂ ਆ ਗਿਆ ਰਿੱਛ ਨਚਾਉਣ ਵਾਲਾ ਕਿਉਂ ਬਕਵਾਸ ਕਰਦਾ ਰਹਿੰਦਾ ਸਾਰਾ ਦਿਨ ਬੈਠਾ ਰਹਿੰਦਾ ਮੈਂ ਤੈਨੂੰ ਕਦੀ ਨਚਾਇਆ ਤੂੰ ਆਪਣਾ ਕਾਰੋਬਾਰ ਭੁੱਲੇ ਅਸੀਂ ਤੇ ਤਿਆਰ ਬੈਠੇ ਕਾਹਦਾ ਤਿਆਰ ਹੈ ਨਾ ਮੁਰਾਦਾ ਕੋਲ ਬਾਂਦਰੀ ਵੇਲੀ ਭਾਈ ਬਾਂਦਰ ਨਹੀਂ ਬਾਂਦਰੀ ਨਹੀਂ ਮੈਂ ਬਾਂਦਰ ਹਾਂ ਸਹੁਰੇ ਆਇਆ ਹੁਣ ਤੋਰੋ ਸਾਡੇ ਕੋਲ ਤੋਰੋ ਸਾਡੇ ਕੋਲ ਕੋਈ ਬਾਂਦਰੀ ਹੈ ਨਹੀਂ ਸਾਡੇ ਕੋਲ ਲੰਗੂਰ ਹੈ ਕਹਿੰਦੇ ਆਈ ਹੈ ਚਲੋ ਲੰਗੂਰ ਹੀ ਆ ਤੇ ਲਿਆਓ ਲੰਗੂਰ ਕੀ ਕਰਨਾ ਹੈ ਮੈਂ ਕਿਉਂ ਰੋਣ ਨਹੀਂ ਹੈ ਅੱਬਾ ਜੀ ਅੱਬਾ ਜੀ ਐ ਸ਼ੋਨੀ ਭਾਈ ਜਨ ਕੱਲ ਜਨ ਸਭਾ ਦੀ ਕੁਝ ਖੁਸ਼ੀ ਕਰਨ ਲੱਗੇ ਸੇ ਅੱਬਾ ਕਹੀ ਜਾਣ ਦੇ ਯੂ ਨੂੰ ਕਿਉਂ ਕਹਿਨੀ ਹੈ ਤੂੰ ਅੱਬਾ ਉਹਨੇ ਅੱਜ ਕੱਲ ਕਹਿਣਾ ਹੁੰਦਾ ਅੱਬਾ ਜੀ ਫੇਰ ਅੱਬਾ ਕਹਤਾ ਹੀ ਵੇ ਮੇਰਾ ਅੱਬਾ ਹੈ ਤੇਰਾ ਅੱਬਾ ਹੀ ਆਹੋ ਤੇਲੀ ਦੇਣੀ ਹੂੰ ਮੇਰੀ ਉਹਨੇ ਤੋ ਬਕਵਾਸ ਕਰਨਾ ਤੇਲੀ ਦੇਣੀ ਤੇ ਕੱਲ ਜਿਹੜੇ ਤੈਨੂੰ ਬਾਹਰ ਆਨੇ ਤੇ ਤੈਨੂੰ ਚਵਾਨੀ ਤੇ ਮੇਰੀ ਤੇਰੀ ਹਾਲ ਵੱਧ ਗਈ ਓ ਤੇ 100 ਰੁਪਇਆ ਕੌਣ ਦੇਗਾ ਤੇ ਪਰਸੋਂ ਜਿਹੜੇ 2.5 ਦਿੱਤੇ ਹਨ ਸਵਾ ਉਹਦੀ ਚੁਗਦੇ ਆ ਚਵਾਨੀ ਇਹ ਪਾ ਮੇਰਾ 1.5 ਰੁਪਇਆ ਕੱਢ ਓਏ ਕੱਢ ਫਿਰ 5 ਰੁਪਏ ਤੇ ਜਿਹੜੇ 4 ਦਿਨ ਪਹਿਲੇ 10 ਦਿੱਤੇ ਹਨ 5 ਉਹਨਾਂ ਵਿੱਚੋਂ ਸਵਾ ਆ ਪਾ ਸਵਾ 6 ਹੋ ਗਏ ਚਵਾਨੀ ਵਿੱਚ ਪਾਏਗਾ 6.5 ਹੋ ਜਾਣਗੇ ਮੇਰੇ 6.5 ਦੇਣੇ ਹੀ ਕਿ ਨਹੀਂ ਓ ਕੱਲ ਆ ਕੇ ਆਪਣੇ 20 ਲੈ ਜਾਈ ਜਿੰਨੇ ਦਿਨ ਹੋ ਗਏ ਹੁਣ ਤੇ 25 ਬਣਦੇ ਨੇ ਤੂੰ 20 ਕਹਿੰਦੇ ਆ ਮਾਸਟਰ ਜੀ ਹਿਸਾਬ ਕਰੋ ਐਵੇਂ ਚਵਲਾ ਨਾ ਕਰੋ ਅੱਬਾ ਜੀ ਜਾਨੀ ਭਾਈ ਜਾਨ ਨੂੰ ਵੇਖੋ ਨਾ ਕੀ ਹੋਇਆ ਇਹਨੂੰ ਖੁਦਕੁਸ਼ੀ ਕਰ ਰਿਹਾ ਹੈ ਬੇਟਾ ਕਰਨ ਦੇ ਇਹਨੂੰ ਖੁਦਕੁਸ਼ੀ ਹੈ ਸ਼ਰਮਿੰਦਾ ਹੈ 6 ਵਾਰੀ ਮੈਟ੍ਰਿਕ ਦੇ ਇਮਤਿਹਾਨ ਚੋਂ ਫੇਲ ਹੋਇਆ ਤੁਸੀਂ ਤੇ ਹਰ ਵੇਲੇ ਪੁੱਠੀਆਂ ਹੀ ਗੱਲਾਂ ਕੱਢ ਰਿਹਾ ਕਰੋ ਤੇ ਤੈਨੂੰ ਕਾਦ ਲਈ ਵਿਆਹ ਕਹਿੰਦਾ ਤੂੰ ਨਾਲ ਨਾਲ ਸਿੱਧੀਆਂ ਕਰੀ ਜਾਇਆ ਕਰ ਇਹ ਮੈਂ ਕਿਹਾ ਜੀ ਹਾਂਜੀ ਇਹਨੂੰ ਸਕੂਟਰ ਲੈ ਦਿਓ ਲੈ ਕੇ ਨਹੀਂ ਆਉਣਾ ਭਾਈ 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 ਅੱਬਾ ਜੀ ਅੱਬਾ ਜੀ ਵੱਜਦੇ ਜੇ ਇਹ ਮਾਰਨ ਵਾਸਤੇ ਹੀ ਰੱਖੀ ਹੈ ਇਹਦੇ ਨਾਲ ਸਰੰਗੀ ਨਹੀਂ ਵਜਾਉਂਦਾ ਮੈਂ ਨਾ ਮਰਾਦ ਸਕੂਟਰ ਲੈ ਦੇ ਉਹਦਾ ਹੈਲਮਟ ਵੇਖ ਕੇ ਸਕੂਟਰ ਦਾ ਚਾਰ ਚੜੇ ਆਪਣੀ ਔਲਾਦ ਪਛਾਣ ਮੇਰੇ ਪਿਓ ਦੇ ਛਾਪੇ ਚ ਹੱਥ ਮਾਰਨ ਦੇ ਤੇ ਤੈਨੂੰ ਕੌਣ ਆਉਂਦਾ ਕਿਸੇ ਦੇ ਅੱਬੇ ਨਾਲ ਫਿਰਿਆ ਕਰ ਬੰਦੇ ਦਾ ਪੁੱਤਰ ਬਣ ਕੇ ਵਿਆਹ ਕਰ ਮੈਂ ਤੈਨੂੰ ਦੱਸਦੀ ਆ ਬਦਤਮੀਜ਼ੀ ਕੀਤੀ ਮੈਂ ਕੰਨ ਢਿੱਲੇ ਕਰ ਦੇਣੇ ਟਿੰਡ ਥੱਲੇ ਡਿੱਗ ਪੈਣੀ ਤੇਰੀ ਅਜਨਾ ਸਾ ਕਰੀ ਕੱਲ ਸਭ ਬੱਚ ਕੀ ਵਾ ਬਦਤਮੀਜ਼ਾ ਜਿੰਨੇ ਕੰਨ ਬਾਹਰ ਕਢਾਏ ਨਹੀਂ ਇੰਨੀਆਂ ਅੱਖਾਂ ਬਾਹਰ ਕਢਾਉਂਦਾ ਅੱਜ ਤੂੰ ਖੂਬਸੂਰਤ ਆਦਮੀ ਹੋਣਾ ਬੇਵਕੂਫ ਜਿਆ ਅੱਲਾ ਦੀ ਸ਼ਾਨ ਦੇਖੋ ਪਹੁੰਚ ਵੇਖੋ ਅੱਲਾ ਦੀ ਅੱਲਾ ਨੇ ਕਿੱਥੇ ਜਾ ਕੇ ਅੱਖਾਂ ਲਾਈਆਂ ਜਿੱਥੇ ਵੀ ਨੇ ਮੈਨੂੰ ਕੰਮ ਪੂਰਾ ਦੇਣ ਦਈਆਂ ਹੁਣ ਕਿਉਂ ਕਿ ਜਿਹੜੇ ਕੰਮੇ ਤੂੰ ਲੱਗਣਾ ਨਾ ਮੈਂ ਸੋਟੀ ਮਾਰ ਕੇ ਹੋਰ ਅਗਾਂ ਕਰ ਦੇਣੀ ਆ ਗੁੱਸੇ ਨਾ ਆਇਆ ਕਰੋ ਤੁਸੀਂ ਅੱਜ ਸਾਡੇ ਪਿਓ ਬਜਾਓ ਪਿਓ ਬਜਾਓ ਘਰੋਂ ਪੁੱਛਿਆ ਹੀ ਜੋ ਪੁੱਛਿਆ ਪੁੱਛਿਆ ਸੀ ਪੁੱਛਿਆ ਸੀ ਕਹਿੰਦੀ ਮਾਮੇ ਦਾ ਧਿਆਨ ਰੱਖਿਆ ਮੇਰਾ ਵੀ ਪਿਓ ਓਏ ਸਹੁਰੇ ਵੀ ਪਿਓ ਹੁੰਦੇ ਨੇ ਸਹੁਰੇ ਵੀ ਪਿਓ ਬੇਟਾ ਇਹ ਖਿਆਲ ਦਿਲੋਂ ਕੱਢ ਤੇ ਮੈਂ ਸਾਰੀਆਂ ਬੱਚੀਆਂ ਮੁਸਲਮਾਨਾਂ ਚ ਵਿਆਹਣੀਆਂ ਜਾਕਾਂ ਕਰ ਸਾਰੀਆਂ ਬੱਚੀਆਂ ਇੱਕੋ ਹੀ ਵਿਆਹ ਹੋਏ ਮੇਰੇ ਨਾਲ ਇਹ ਤੁਸੀਂ ਕਿਉਂ ਇਹਨਾਂ ਨੂੰ ਮੂੰਹ ਲਾਈ ਜਾਂਦੇ ਹੋ ਇਹ ਕਦੋਂ ਮੂੰਹ ਲਾਣਾ ਉਹਦਾ ਆ ਮੂੰਹ ਲੱਗਣ ਨਾਲ ਆਗੋ ਠੀਕ ਹੈ ਪਿੱਛੋਂ ਇੱਕਦਮ ਟਿੰਡ ਚ ਮੁੱਕ ਜਾਂਦੀ ਤੇ ਤੂੰ ਉੱਤੇ ਕੀ ਸੈਰ ਕਰ ਰਹੀ ਹੈ ਜੋ ਕਰ ਕੇ ਬਾ ਆਹ ਉਹਨਾਂ ਮਾਰੇ ਤੁਸੀਂ ਮੇਰੇ ਚਾਹ ਉਹਨਾਂ ਮਾਰੇ ਮੇਰੇ ਚਾਹ ਵਰਗਾ ਵੀਰ ਨੂੰ ਇਹ ਚਾਹਨੇ ਦੇ ਤੇ ਸਿਰ ਤੇ ਮਾਈ ਬਾਉ ਬਹਿ ਕੇ ਚਰਖਾ ਕਤੇ ਦੱਸੋ ਚੰਨ ਵੇਖ ਵੀਰ ਮੇਰਾ ਚੰਨ ਵੀਰ ਚੰਨ ਅਮਰੂਦ ਵਰਗਾ ਹੁੰਦਾ ਇਹ ਚੰਨ ਚੰਨ ਆਹੋ ਵਿਆਹ ਕੀ ਬਦਲਾ ਚ ਕੀਤਾ ਸੀ ਤੁਹਾਨੂੰ ਨਹੀਂ ਯਾਦ ਜੰਜ ਤੁਹਾਡੇ ਵਾਲ ਹੀ ਗਈ ਸੀ ਤਾਂ ਹੀ ਚਿੱਕੜ ਹੋਇਆ ਜੈ ਅੱਲਾ ਜੈ ਅੱਲਾ ਤੂੰ ਸਮਝੀ ਜਾ ਖਾਲਾ ਉਹ ਖਾਲਾ ਸਮਝਦਾ ਤੂੰ ਕੀ ਸਮਝਦਾ ਹੁਣ ਤੁਸੀਂ ਆ ਗਏ ਹੋ ਤੇ ਤੁਸੀਂ ਉਸਤਾਦ ਹੋ ਉਸਤਾਨੀ ਹੈ ਚਾਚਾ ਜੀ 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 ਨਾ ਬੜੀਆਂ ਲਾੜੀਆਂ ਹੋਣ ਡੀਆਂ ਰਹੀਏ ਤੇ ਜੀ ਤੂੰ ਚਾਚਾ ਜੀ ਤੂੰ ਚਾਚੀ ਚਾਚੀ ਚਾਚਾ ਜੀ ਉਹਨਾਂ ਉਹ ਕਾਰਪੋਰੇਸ਼ਨ ਵਾਲੇ ਆਏ ਸੀ ਉਹ ਕਹਿੰਦੇ ਸੀ ਟੋਮਰੀਆਂ ਦੁਕਾਨਾਂ ਚੁੱਕੋ ਤੇ ਤੁਸੀਂ ਉੱਥੇ ਜਾ ਕੇ ਨਾ ਸਾਡੇ ਕਾਰਪੋਰੇਸ਼ਨਾਂ ਦੇ ਦਫ਼ਤਰਾਂ 'ਚ ਸਿਫਾਰਸ਼ਾਂ ਕਰੋ ਸਾਡੀਆਂ ਕਿੱਥੇ ਉਹ ਕਹਿੰਦੇ ਨੇ ਇੱਥੋਂ ਦੁਕਾਨਾਂ ਚੁੱਕੋ ਬਾਹਰ ਲਿਜਾਓ ਤੇ ਤੁਸੀਂ ਲੈ ਜਾਓ ਬਾਹਰ ਬੜੀਆਂ ਮਹਿੰਗੀਆਂ ਮਿਲਦੀਆਂ ਨਹੀਂ
ਜੇ ਨਾ ਚੁੱਕੀਆਂ ਤਾਂ ਫਿਰ ਕੀ ਕਰਨਗੇ? ਫਿਰ ਉਹ ਤੋੜ ਜਾਣਗੇ। ਬੇਟਾ ਤੁਹਾਨੂੰ ਵੀ ਤੇ ਹਯਾ ਆਣੀ ਚਾਹੀਦੀ ਹੈ ਨਾ, ਤੁਸੀਂ ਮੱਲੇ 'ਚ ਦੁਕਾਨਾਂ ਖੋਲੀਆਂ ਨੇ ਪੁੱਤਰ, ਉਹ ਇੱਥੋਂ ਬੱਚੀਆਂ ਲੰਘਦੀਆਂ ਨੇ ਲੋਕਾਂ ਦੀ। ਓ ਜੀ ਮੈਂ ਤੇ ਆਪਣੀਆਂ ਸਮਝਦਾ ਜੀ, ਇਹ ਬੇਵਕੂਫ ਸਮਝਦਾ ਬਸ। ਤੂੰ ਕੀ ਸਮਝਦਾ? ਮੈਂ ਵੀ ਆਪਣੀਆਂ ਸਮਝਦਾ। ਇੱਕ ਸ਼ਰਤ ਤੇ ਮੈਂ ਜਾ ਕੇ ਕਾਰਪੋਰੇਸ਼ਨ ਵਾਲਿਆਂ ਨੂੰ ਕਵਾਂਗਾ। ਮਿਹਰਬਾਨੀ ਚਾਚਾ ਜੀ, ਇਹ ਦੁਕਾਨਦਾਰੀ ਦੇ ਨਾਲ ਨਾਲ ਤੁਸੀਂ ਆਪਣੀ ਤਾਲੀਮ ਵੀ ਜਾਰੀ ਰੱਖੋ। ਬਿਲਕੁਲ ਠੀਕ ਹੈ ਜੀ, ਮੈਂ ਸਭ ਵੀ ਯਾਦ ਕੀਤਾ ਜਿਹੜਾ ਤੁਸੀਂ ਕੱਲ ਦਿੱਤਾ ਸੀ। ਮੈਂ ਕੁਦਰਤੀ ਯਾਦ ਕਰ ਲਿਆ ਸੀ, ਮੈਨੂੰ ਆਪ ਹੀ ਆ ਗਿਆ ਸੀ। ਸੁਣਾ ਜੀਨ ਸੂਰ ਬੇਬਗਿਆੜ, ਲਾਨਤ ਤੇਰੇ ਤੇ, ਛੋਟਾ ਜਿਹਾ ਪੈਦਾ ਹੁੰਦਾ ਉਹਦੇ ਚ ਏਡੇ ਏਡੇ ਜਾਨਵਰ ਵਾੜਨ ਡੇ ਆ। ਬਾਂਦਰ ਬੈਠਾ, ਚਲੋ
मेरी ख्वाब लंबी हो गई। मैं करानी है छोटी। हूं कुछ अख खुली नहीं खुली तो मैनू वाल आंदा है कि मैं तेरे वर्गे दी अख खोलनिया ने फिर आ रहे आंदियो सज्जे कट के आंदियो सज्जे कट के आंदियो तेरी मां ने इथे न्यू खान पाई है। अच्छा तू आया सी इथे और मैं भी कहां मैनू खुना क्यों पै गई है। बदतमीज लड़की ने गल कर मेरी भी कर ना ओनू बड़िया गल्ला कर डे ओ साइंसदान ही साइंसदान साइंसदान ने इन्हें की ढंग याद किया ओनू जा लैन दियो फिर निबड़ांगे आपस इत्थे ही आ एक दो एक परेशानियां तां हो जांदी पुठियां गल्लां जुड़ पा मैनू खाब च टोन दी आदत है। हाय हाय निशा दिए ये मेरे को क्यों खरो गई है ऐ ते खाब चुड़ता ही पेंडू टुरिया शहर आया पिंड का बंदा तेरा सीधा होंगे बेचारा पेंडू शहर आया ओनू तीन बंब लभ गए तीन बंब ओनू लभ गए किधर बाग चो ओने तिने कोट के खीसे च पा लए हुण टुरिया जा रहा पेंडू एक बंब की पिन कढ़ के दंदा च फिर ला पिया कहता बड़ा मजेदार है भी बंब बड़ा मजेदार है अगो एक बंदा मिलिया पढ़िया लिखा उन्हें क्या भाइया और जो बंब चल गया तो फिर तो पेंडू की कहना ला चल गया तो फिर एक ही आ दो रुपए और बेफिक्री वेखो की तेरी अम्मी गरमा खादी रही है बदतमीजी ना कर इतने कुड़िया आदि ने सिर कछा पा के बैठा कर बच्चों की रोजी तो मसला ना हो मैं सिर को नफरत कर दो मैं गोटे गोटे तंग। अच्छा मेरा भैन कवो भी कहो ना ना सिर तो बोझ नहीं लाओ एक तो मैंने बड़ा तंग किया है तू। अच्छा खबरदार अहो जी गल की तो कप मार रही सिर च तो सामने वीर ना क्या कर। अच्छा बस ठीक है वो भी फिर कहने लग पड़ी है। अच्छा हां मल्ले दी कुड़ियां भी जुबान ते चल जांदा हल पै जांदी फिर हल की हल ट्रेंड ट्रेंड आ तेरे वर्गा बंदा आवे ते बीवियां भी वीर ही कहंदियां तेरे वाल मैं हुणे आउणा तू साह लै बस साह आउण नहीं दिया जदों दा साह आ मेरा फेडी कुटन होई बड़ा तंग कीता तुसीं किसे शरीर बंद ने मल्ले चारा छड्या होया मेरी गल सुन ओ तेरा भरा कि ते शेर शाह शादी है ओ चाचा जी दे कमरे च आ। अच्छा मेरी गल सुन मैं रुचा दे गया नहीं जो इत्थे खड़ो। अच्छा ठीक कुछ कहना नहीं हूं कुड़ी जांदा है को कुछ नहीं कहना मैं भी काम जी कुड़ी हां कहंदी मैं भी काम
ਜੀ ਕੁੜੀ ਹੈ। ਆਹੋ ਆਮ ਜੀ ਕੁੜੀਆਂ ਇਹੋ ਜੀ ਹੁੰਦੀਆਂ। ਪਰ ਤੂੰ ਤੇ ਐਡੀ ਸੋਹਣੀ ਹੈ, ਤੇਰੀ ਫੋਟੋ ਤੇ ਹੋਂਡੇ ਮੋਟਰਸਾਈਕਲ ਦੀ ਹੁੰਦੀ ਹੂ। ਸਫ਼ਰ ਕਾ ਸਾਥੀ ਹੰਡਾ ਹੰਡਾ। ਫੋਟੋ ਦਿਖਾ, ਤੇਰੀ ਵੀ ਹੁੰਦੀ ਹੈ। ਕਿੱਥੇ? ਫਰਨੈਲ ਦੇ ਡੱਬੇ ਤੇ। ਯਾਰ ਇੱਧਰ ਪਹਿਲੇ ਮੁਕਲਾ। ਕੀ ਓਹੋ ਹੀ ਓਹੋ ਹੀ ਦੱਸ ਕੀ ਦੱਸ। ਇਹਨੂੰ ਵੇਖ ਕੇ ਅੰਦਾਜ਼ਾ ਹੁੰਦਾ ਕਿ ਪਹਿਲੇ ਵਕਤਾਂ 'ਚ ਵੀ ਲੋਡ ਸ਼ੇਡਿੰਗ ਹੁੰਦੀ ਸੀ। ਫਿਰ ਬਸ ਫਿਰ ਕੀ ਜਾ, ਦਫਾ ਆਪਣਾ ਹਿੱਸਾ ਲੈ ਤੇ ਜਾ, ਬਿਸਤਰੀ ਦਾ ਹਿੱਸਾ। ਹਾਂ ਸ਼ਹਿਜ਼ਾਦੀਏ, ਸ਼ਹਿਜ਼ਾਦੀਏ ਸ਼ਾਦੀਏ, ਤੂੰ ਹਜੇ ਕਿੱਥੇ ਖਲੋਤੀ ਹੈ? ਚੱਲ ਆਪਾਂ ਚੱਲੇ ਬੱਚੀ ਖਾਨੇ ਭਾਂਡੇ ਧੋਨੀ ਆ, ਤੇ ਚੰਦ ਤੋਂ ਬਾਹਰ ਹੋ ਕੇ ਛੱਤ ਤੇ ਬਹਿ ਕੇ ਗੱਲਾਂ ਕਰਾਂਗੀ। ਠੀਕ ਹੈ ਜੀ, ਆ ਜਾ ਨਾਲ। ਅੱਜ ਮਰਜਾਨੇ ਕੋਲ ਨਾ ਖਲੋਇਆ ਕਰ, ਨਾ ਖਲੋਇਆ ਕਹਿੰਦੇ ਕੋਲ, ਇਹ ਮਰਜਾਨਾ ਰੰਗ ਛੱਡਦਾ ਹੀ। ਅੱਖਾਂ ਨਾ ਕੱਢ ਦੇ ਕਿਸੇ ਲਈ ਬਣੀ ਭੈਣ ਨੇ, ਤੇ ਗੱਲਾਂ ਸੱਸਾਂ ਵਾਂਗਰ ਕਰਨ ਦੀ। ਤੁਸੀਂ ਤਲਾਕ ਲਈ ਸੀ, ਅਸੀਂ ਕਦੋਂ ਦਿੱਤੀ ਆ? ਅਸੀਂ ਤਾਂ ਛਡਾਈ ਨਹੀਂ, ਤੁਹਾਨੂੰ ਕੌਣ ਹੋ? ਮਾਸ਼ਾਅੱਲਾ ਲੱਗਦਾ ਡੈਮ ਸਿਆਪਾ ਕਰਨ ਦੀ। ਇਹਦੇ ਬਾਰੇ ਤੇ ਸ਼ਾਇਰਾਂ ਨੇ ਕਿਹਾ। ਸ਼ਾਇਰਾਂ ਨੇ ਕੌਣ ਕਹਿੰਦਾ ਤੇਰੇ ਪਿਓ ਕੋਲ ਮਾਲ ਨਹੀਂ ਹੁੰਦਾ? ਆਹਾ, ਕੌਣ ਕਹਿੰਦਾ ਤੇਰੇ ਪਿਓ ਕੋਲ ਮਾਲ ਨਹੀਂ ਹੁੰਦਾ? ਤਾਈ ਨੂੰ ਪੈਸੇ ਦਿੱਤੇ ਹੁੰਦੇ, ਤੇਰਾ ਇਹ ਹਾਲ ਨਹੀਂ। ਤਾਈ ਨੂੰ ਪੈਸੇ ਦਿੱਤੇ ਹੁੰਦੇ, ਤੇਰਾ ਇਹ ਹਾਲ ਨਹੀਂ ਹੁੰਦਾ। ਜਿੱਧਰ ਐਡਵਾਂਸ ਗਿਆ ਸੀ ਉਹਨੇ ਕੀ ਝੱਖ ਮਾਰ ਲਈ? ਝੱਖ ਕੀ, ਐਡੀ ਸਫਾਈ ਨਾਲ ਹੋਇਆ। ਜਿਹੜਾ ਬਗਾਲ ਹੈ ਤੋ ਅੱਲਾ ਮਾਫੀ ਦੇ। ਨਹੀਂ ਉਹ ਮੈਂ ਫੇਰ ਕਮਾ। ਸਿਗਰਟ ਕੱਢ ਹੁਣੇ, ਕਹਿ ਲੈ ਫੇਰ ਕਿਉਂ ਨਹੀਂ? ਨਹੀਂ ਨਹੀਂ, ਓਏ ਜਾ ਕੇ ਨਾਈ ਨੂੰ ਮਿਲ, ਓਏ ਵਾਲ ਏਡੇ ਏਡੇ ਲੰਮੇ ਕੀਤੇ ਨੇ, ਜਾ ਵਾਲ ਕਟਵਾ। ਉਸ ਨਾਈ ਕੋਲੋਂ ਜਿਹਦੇ ਬੱਚਿਆਂ ਨੇ ਤੇਰੇ ਮੂੰਹ ਤੇ ਕੰਮ ਸਿੱਖਿਆ, ਔਰ ਜਿੰਨੇ ਜਿੰਨੇ ਇਹਦੇ ਮੂੰਹ ਤੇ ਕੰਮ ਸਿੱਖਿਆ ਸਾਰੇ ਲੇਲੇ ਮੁੰਨਣ ਡਏ। ਔਰ ਤੁਸੀਂ ਅੱਲਾ ਦੀ ਸ਼ਾਨ ਵੇਖੋ, ਲੇਲੇ ਮੁੰਨ ਮੁੰਨ ਕੇ ਭੌਣ ਕਿੱਥੇ ਡਏ? ਇਹਦੀ ਤੇ ਸ਼ੇ ਬੜੀ ਮੁਸ਼ਕਲ ਹੁੰਦੀ ਹੂ, ਮੂੰਹ ਚ ਕਿੰਨੋ ਦਿਓ ਤੇ ਸ਼ੇ ਹੁੰਦੀ ਹੂ। ਔਰ ਏਡਾ ਭੁੱਖਾ ਹੀ ਕੋਲ ਖਲੋਤਾ ਰਹਿੰਦਾ ਜਦੋਂ ਮੇਰੀ ਦਾੜੀ ਮੁੰਨਣ ਡਏ ਹੁੰਦੇ ਨੇ। ਫਿਰ ਆਉਂਦਾ ਭਾ ਕਿੰਨੋ ਸੁੱਟੀ ਨਾ ਮੈਨੂੰ ਦੇ ਦੇ। ਆਏ ਮੈਂ ਦੇ ਦੇ ਆਪ, ਇੰਨਾ ਭੁੱਖਾ ਹੀ, ਇਹਨਾਂ ਦੇ ਸਾਲਨ ਤੇ ਮੱਖੀ ਬਹਿ ਗਈ, ਮੱਕੀ ਦੇ ਪੈਰ ਪੂੰਜ ਪੂੰਜ ਕੇ ਰੋਟੀ ਖਾਧੀ ਸੀ। ਲਾਂਟੀਆ ਤੂੰ ਵੀ ਕੋਈ ਖਾਇਆ ਪੀਆ ਕਰ ਓਏ, ਕੋ ਸਿਹਤ ਬਣਾ। ਸਿਹਤ ਏਡਾ ਮਾੜਾ ਹੋ ਗਿਆ, ਇਹਦੇ ਵਰਗੇ ਨਿਸ਼ਾਨ ਸੜਕਾਂ ਤੇ ਬਣੇ ਹੁੰਦੇ, ਥੱਲੇ ਲਿਖਿਆ ਹੁੰਦਾ ਆ ਕੇ ਪੁੱਲ ਕਮਜ਼ੋਰ ਹੈ। ਤੇ ਤੇਰੇ ਵਰਗੀ ਫੋਟੋ ਬਣੀ ਹੁੰਦੀ ਪੁਰਾਣੇ ਸਟੇਸ਼ਨ ਤੇ, ਇਸ ਤਰਫ ਕੋ ਜਾਏ, ਅੱਗੇ ਜਾ ਤੇ ਅੱਗੇ ਫੇਰ ਇਹੋ ਹੀ ਬੈਠਾ ਹੁੰਦਾ। ਆਪ ਹੀ ਲਿਆ ਸੀ ਟਿਕਟ, ਟਿਕਟ ਕੱਢ ਕੇ ਪੈਸੇ ਕੱਢ। ਕਿਹਨੂੰ ਕਹਿੰਦਾ? ਚਪੇੜ ਮਾਰਦੇ ਹੋ? ਯਾਨੀ ਸਿੱਧੀ ਚਪੇੜ ਮਾਰ ਦਿੰਦੇ ਹੋ? ਟਿਕਟ ਕੱਢ ਸਿੱਧੀ ਗਈ, ਉਹ ਦੂਜੀ ਚਪੇੜ ਮਾਰਦੇ ਹੋ? ਉਹ ਦੂਜੀ ਚਪੇੜ ਵੱਜ ਗਈ ਹੈ ਤੇਰਾ ਖਲਾ। ਉਹ ਭਰਾ ਸਮਝ ਕੇ ਮਾਰੀ ਹੈ, ਕੀ ਹੋ ਗਿਆ? ਚੱਲ ਭਰਾ ਸਮਝ ਕੇ, ਮੈਂ ਸਮਝਿਆ ਲੜਨ ਡਿਆ। ਚੱਲ ਇਹ ਜੇ ਲੜ ਗਿਆ ਨਾ ਧੱਫੜ ਪੈ ਜਾਣਗੇ। ਮੈਨੂੰ ਪੁੱਤਾ ਬਣਾਇਆ ਸੀ ਨਾ ਤੂੰ? ਕਦੋਂ ਬਣਾਇਆ? ਪੂਰੀ ਨਹੀਂ ਕਰਦਾ ਜਦੋਂ ਮੈਂ ਆਇਆ ਸਾਂ। ਹਾਂ ਉਹ ਹੈ ਗਈ ਦੇਸੀ ਡਾਗ ਜਿਹੜਾ ਸਾਈਕਲ ਵਾਲਿਆਂ ਮਗਰ ਨੱਸਦਾ। ਅੱਛਾ, ਜਦ ਲਾਓ 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 ਲਾਓ, ਐ ਨਹੀਂ ਸ਼ਿਕਾਰੀ ਜ਼ਿਮੀਂਦਾਰਾਂ ਦੀਆਂ ਗੱਡੀਆਂ ਦੀ ਬੱਜੇ ਨਹੀਂ ਪਿੱਛੇ, ਤੇਰੇ ਵਰਗੇ ਬੂਹ ਨਹੀਂ ਹੁੰਦੇ ਨੇ ਭਾਈ ਭਲਵਾਨ ਦੇ ਅੱਡੇ ਤੇ। ਉਹ ਭੌਂਕਦੇ ਨੇ ਬਾਊ ਜੀ ਘਰ ਹੈਗੇ ਨੇ। ਨਹੀਂ ਨਹੀਂ ਮਾਸ਼ਾਅੱਲਾ ਸਾਰਾ ਪਿਓ ਤੇ ਗਿਆ। ਸ਼ੇਰ ਮੱਲਿਆ ਹੋਇਆ, ਸ਼ੇਰ ਵੀ ਜਾਨਵਰ ਹੀ ਹੁੰਦਾ, ਅਸੀਂ ਕੋਈ ਗੱਲ ਨਹੀਂ। ਹੋਰ ਕੋਈ ਸ਼ੇਰ ਕਹੋ ਹੁਣ। ਸ਼ੇਰ ਕਿਹੜਾ? ਤੇਰੇ ਚ ਸ਼ੇਰ ਆਇਆ ਮੈਨੂੰ ਜੀ, ਤੇਰੇ ਚ ਤੇ ਲਾਨਤ ਹੀ, ਔਰ ਤੇਰੇ ਚ ਤੇ ਫੇਰ ਲਾਨਤ। ਇਹ ਸ਼ੇਰ ਇਹ ਵੀ ਇਹੋ ਹੀ ਸ਼ੇਰ। ਤੇਰੇ ਚ ਪੁੱਤ ਜੰਮਣ ਮਾਵਾਂ, ਪਰ ਕਿਉਂ ਮੈਂ ਡੱਗ ਮੱਗ ਡੋਲ ਗਈ, ਤੇਰੀ ਮਾਂ ਚੰਗੀ ਰਹੀ ਹੈ, ਬਾਲਟੀ ਲੈ ਗਈ ਛੱਡ ਡੋਲ ਗਈ, ਮੈਂ ਡੱਗ ਮੱਗ ਡੋਲ ਗਈ, ਨਵੀਂ ਰਜਾਈ ਸੀ ਕੁੱਤੀ ਫੋਲ ਗਈ। ਉੱਠ ਮੈਂ
ਬੱਚੇ ਦੀ ਮਾਂ ਕੀ ਗੰਦ ਕੋਲ ਗਈ ਉਹ ਬਿਸਤੀ ਹੋਰ ਨਾ ਮਜ਼ਾ ਹੀ ਬੜਾ ਹੋਰ ਕਰੋ ਹੋਰ ਚਲੋ ਚੱਲ ਚੱਲ ਜਾ ਇੱਥੋਂ ਇੱਕ ਦਿਨ ਨਹਿਰ ਤੇ ਗਿਆ ਮੈਂ ਕਿਹਾ ਕੱਛਾ ਲੈ ਲੈ ਕਹਿੰਦਾ ਮੈਂ ਸ਼ੋਪਰ ਹੀ ਠੀਕ ਹੈ ਭਾਈ ਅੱਛਾ ਤੂੰ ਨਾ ਜਾਈ ਉਹ ਨਹਿਰ ਤੇ ਕਿਉਂ ਉਹ ਜਿਹੜੀ ਨਹਿਰ ਚ ਨਹਾਤਾ ਬਾਅਦ ਚ ਉਹਦਾ ਨਾਂ ਗੰਦਾ ਨਾਲਾ ਪੈ ਗਿਆ ਬਿਸਤੀ ਕਰਾ ਕੇ ਮੇਰੇ ਵੱਲ ਵੜਿਆ ਕਰ ਬਸ ਓਏ ਪਾਗਲਾ ਆਪਸ ਚ ਬਿਜ਼ਤ ਹੋਵਾਂਗੇ ਤੇ ਅੱਲਾ ਦੀ ਮਖਲੂਕ ਖੁਸ਼ ਹੋਏਗੀ ਨਾ ਲਾਂਕੀਆ ਮਜ਼ਦੂਰ ਦੀ ਰੋਟੀ ਦਾ ਕੰਮ ਨੂੰ ਕੱਢਿਆ ਤੇ ਖਾ ਲਿਆ ਫਿਰ ਸਵੇਰ ਦਾ ਭੁੱਖਾ ਫਿਰਨਾ ਪਿਆ ਮਾਰਾ ਮਾਰਾ ਮਨੂਸਾ ਚੰਗਾ ਭਲਾ ਸੁੱਤਾ ਸੀ ਮੇਰੇ ਤੇ ਪਾਣੀ ਕਿਉਂ ਸੁੱਟਿਆ ਮਾਨਾ ਤੇਰੇ ਤੇ ਮੈਂ ਪਾਣੀ ਨਹੀਂ ਸੁੱਟਿਆ ਹੋ ਸਕਦਾ ਉੱਤੇ ਕੋਈ ਬੱਚਾ ਖਲੋਤਾ ਹੋਵੇ ਤੇ ਉਹਨੇ ਪਾਣੀ ਸੁੱਟ ਦਿੱਤਾ ਮੈਂ ਉਹ ਬੇਬੇ ਮੈਂ ਪਾਣੀ ਨਹੀਂ ਸੁੱਟਿਆ ਲੋਕੀ ਤੇ ਲਾ ਦਿੰਦੇ ਤੜਕਾ
ਸਾਡੇ ਘਰ ਤੜਕਾ ਲੱਗਦਾ ਇਹ ਤੜਕਾ ਨਹੀਂ ਲਾਉਂਦੇ ਘਿਓ ਫੜ ਕੇ ਦਾਲ ਨੂੰ ਤਰਾਂਦੇ ਨੇ ਬਿਲਕੁਲ ਠੀਕ ਕਹਿੰਦੀ ਹੋ ਘਿਓ ਥੋੜਾ ਪਾਉਂਦੇ ਰਹੇ ਆ ਤੇ ਫਰਾਈ ਪੈਨ ਸੜ ਗਏ ਆ ਬਦਤਮੀਜ਼ੋ ਆ ਕੁਛ ਹਯਾ ਕਰੋ ਦਸ ਦਸ ਸਾਲ ਹੋ ਗਏ ਨੇ ਤੁਹਾਨੂੰ ਮੈਟਰ ਚ ਬੈਠੇ ਸ਼ੁਕਰ ਕਰੋ ਇੱਕ ਥਾਂ ਤੇ ਟਿਕੇ ਆ ਅਸੀਂ ਲੋਕਾਂ ਦੀ ਔਲਾਦ ਵੇਖੋ ਔਰ ਨਾਲ ਦੇ ਮੁੰਡਾ ਨਹੀਂ ਕਦੇ 11ਵੀਂ ਚ ਕਦੇ 12ਵੀਂ ਚ ਕਦੇ 13ਵੀਂ ਸੁਣਿਆ ਐਵੇਂ ਕਰ ਲਿਆ ਕੋਈ ਤੇ ਪਾਗਲ 16ਵੀਂ ਚ ਡੁੱਲ ਜਾਂਦੇ ਆ ਦਾਲ ਖਾ ਕੇ ਤੇ ਮੱਧ ਵੱਜੀ ਹੈ ਪੜੋ ਪੜੋ ਵੱਡੀ ਤੇ ਕਦੀ ਕੁਰਬਾਨੀ ਦਿੱਤੀ ਜੇ ਪਿਛਲੀ ਵੱਡੀ ਤੇ ਮੈਂ ਕਿਹਾ ਆਪਾ ਜੀ ਕੁਰਬਾਨੀ ਦਿਓ ਔਰ ਕੁਰਬਾਨੀ ਦੇਣੀ ਹੈ ਦੇਣੀ ਕਿਉਂ ਨਹੀਂ ਤੇ ਕੀ ਕੀਤਾ ਨੇ ਦਾਲ ਦੀ ਬੋਰੀ ਲਿਆ ਕਹਿੰਦੇ ਨੇ ਬਿਸਮਿਲਲਾ ਅੱਲਾਹੁ ਅਕਬਰ ਵਿਚੋਂ ਅਜਰੀ ਕੱਢ ਕੇ ਸਾਨੂੰ ਖਵਾ ਦਿੱਤਾ ਦੌੜ ਜਾ ਤਾ ਹੋ ਜੋ ਹਰ ਵੇਲੇ ਲੜਦੇ ਰਹਿੰਦੇ ਇੱਥੇ ਇਹ ਤੇਰੀ ਵਜ੍ਹਾ ਨਾਲ ਬੋਲਣ ਦੇ ਮੇਰੀ ਨਾਲ ਮੇਰੀ ਵਜ੍ਹਾ ਨਾਲ ਕੀ ਬੋਲਣ ਦੇ ਨੇ ਹੈ ਦੇਖੀ ਫਿਰ ਨਾ ਆਹ ਮੈਂ ਕੀ ਕੀਤਾ ਉਹ ਹਯਾ ਕਰੀ ਮੇਰੇ ਕਰੋ ਨਾ ਪਾਇਆ ਕਰੋ ਕੰਮ ਤੇ ਮੇਰੀ ਔਲਾਦ ਵੱਡੀ ਹੋ ਗਈ ਹੈ ਹੁਣ ਤੇ ਸਾਨੂੰ ਦੁਹਾਣ ਚਾਹੀਦਾ ਬਿਲਕੁਲ ਭੈਣਾ ਭਲਾਵਾ ਆ ਰਹੀ ਹੈ ਅੱਬਾ ਜੀ ਮਾਧੁਰੀ ਇਹਦੂ ਚੰਗਾ ਸੀ ਪੀਸੀਆਰ ਜੰਮ ਲਈ ਮਾਸਟਰ ਜੀ ਹਾਂ ਜੀ ਮਾਂ ਤੇਰੀ ਵੇਲੇ ਬੇਮੌਕਾ ਹਾਏ ਕਰੀ ਤੁਸੀਂ ਮੈਂ ਕੀ ਕਿਹਾ ਜੀ ਤੁਹਾਨੂੰ ਹੈ ਕੀ ਕਿਹਾ ਤਾਂ ਮੈਂ ਤੁਹਾਨੂੰ ਕਹਿ ਕੀ ਸਕਣੀ ਹੈ ਕੁਛ ਵੀ ਨਹੀਂ ਖਬਰਦਾਰ ਮੇਰੇ ਅੱਗੇ ਬੋਲਣੀ ਹੁੰਨੀ ਹੈ ਨਹੀਂ ਜੀ ਮੇਰੇ ਪਰ ਲਤਾ ਦੌੜ ਛੱਡੀਆਂ ਤੇ ਨਹੀਂ ਜੀ ਮੇਰੇ ਕੀ ਮਜ਼ਾਕ ਮੈਂ ਤੁਹਾਡੇ ਅੱਗੇ ਬੋਲਾਂ ਖੁਦਾ ਦੀ ਕਸਮ ਮੈਂ ਤੇ ਕੁਝ ਵੀ ਨਹੀਂ ਤੇ ਕਿਹਾ ਤੁਸੀਂ ਕਹੋਗੇ ਗੁੱਸਾ ਕਰ ਜਾਂਦਾ ਮੇਰੀ ਹਰ ਗੱਲ ਤੇ ਕੁਛ ਨਹੀਂ ਕਿਹਾ ਤੂੰ ਕੁਛ ਵੀ ਨਹੀਂ ਕਿਹਾ ਇੱਥੇ ਹੀ ਆ ਮੈਂ ਤੈਨੂੰ ਮੈਂ ਦੱਸ ਦਿਆਂ ਮੈਂ ਤਾਂ ਕੁਛ ਵੀ ਨਹੀਂ ਕਿਹਾ ਕੁਛ ਵੀ ਨਹੀਂ ਕਿਉਂ ਨਹੀਂ ਕਿਹਾ ਹੁਣ ਤੂੰ ਕਹਿਣਾ ਹੀ ਛੱਡਤਾ ਕਹਿ ਕੇ ਬਕਵਾਸ ਕੀਤੀ ਸੀ ਮੈਂ ਇੱਥੇ ਹੀ ਆ ਯਾਰ ਦੋ ਮਿੰਟ ਦੂਜੇ ਦੇ ਥੱਲੇ ਲੱਗੇ ਹੋਏ ਮੈਂ ਇਸੇ ਕਰਕੇ ਵਿਆਹ ਨਹੀਂ ਕੀਤਾ ਅੱਛਾ ਨਾ ਵਰਕਸ਼ਾਪ ਦਾ ਕੰਮ ਸਿੱਖਿਆ ਕਿਉਂ ਗੱਡੀ ਥੱਲੇ ਵੜਨਾ ਪੈਂਦਾ ਸੀ ਨਾ ਦੇਖੋ ਬੱਚਾ ਡਿਓਟਾ ਦੇ ਥੱਲੇ ਨਹੀਂ ਲੱਗਾ ਮੈਂ ਤੇਰੇ ਕੋਲ ਬਿਸਤ ਹੁੰਦੀ ਇੱਕ ਗੱਲ ਸੁਣੋ ਜੀ ਮੇਰੇ ਤੇ ਗੱਲ ਗੱਲ ਦੇ ਰੋਪ ਨਾ ਪਾਇਆ ਕਰੋ ਤੁਸੀਂ ਸੁਣਿਆ ਮੈਂ ਕੋਈ ਡਰਦੀ ਨਹੀਂ ਤੁਹਾਡੇ ਕੋਲੋਂ ਚਲੋ ਜਾ ਆਰਾਮ ਨਾਲ ਕੀ ਕਹਿਣਾ ਤੁਸੀਂ ਮੈਨੂੰ ਕੁਛ ਨਹੀਂ ਮੈਂ ਜਾ ਰਹੀ ਖਬਰ ਡਾਂਟ ਜਾ ਇਧਰ ਆਏ ਤੇ ਹਾਂ ਤੂੰ ਮੈਨੂੰ ਨਹੀਂ ਮੈਂ ਦੱਸਦੀਆਂ ਮੈਂ ਨਹੀਂ ਆਉਂਦੀ ਚਲ ਜਾ ਦੌੜ ਜਾ ਉਧਰ ਮੈਨੂੰ ਭੁਲਾਵਾ ਕਰੇ ਤਾਂ ਮੈਂ ਕੋਈ ਨਹੀਂ ਜਾਣਾ ਮੈਂ ਖਤ ਲਈ ਬੁਲਾਣਾ ਮੈਂ ਨਹੀਂ ਜਾਣਾ ਮੈਂ ਬੁਲਾਉਂਦਾ ਫਿਰਨਾ ਬੰਦੇ ਨੂੰ ਆਪ ਸਮਝ ਆਉਣੀ ਚਾਹੀਦੀ ਹੈ ਮੈਂ ਕਿਉਂ ਬੁਲਾਣਾ ਮੇਰਾ ਬਟਨਾਂ ਨੂੰ ਹੱਥ ਨਹੀਂ ਪਹੁੰਚਦਾ ਜਿਹੜਾ ਪੱਖਾ ਚਲਾਇਆ ਮਾਸਟਰ ਜੀ
ਬੱਚਾ ਤੂੰ ਵੀ ਹਰ ਵੇਲੇ ਮਹੱਲੇ 'ਚ ਖੁੱਤੀਆਂ ਕਰਦਾ ਰਹਿੰਦਾ ਮਾਸਟਰ ਮਾਸਟਰ ਜੀ ਆ ਬੋਲਿਆ ਖੈਰ ਇਹ ਕਦੋਂ ਰੋਲਾ ਪਾਇਆ ਤੂੰ ਬੜੀ ਦਿਨਾਂ ਬਾਅਦ ਸ਼ਕਲ ਵਿਖਾਈ ਆ ਬਹਿ ਗਿਆ ਬਹਿਣਾ ਕੀ ਹੈ ਮਾਸਟਰ ਜੀ ਜਿਹਦੀ ਕਿਸਮਤ ਦੀ ਦਲਦਲ 'ਚ ਬਹਿ ਗਈ ਹੋਵੇ ਉਸ ਵਿਚਾਰੇ ਨੇ ਕੀ ਬਹਿਣਾ ਕੀ ਹੋਕੇ ਭਰਨ ਲੱਗ ਪਈਆਂ ਬਹਿ ਗਿਆ ਮਾਸਟਰ ਜੀ ਉਹ ਗੁੱਲੂ ਕੱਢਿਆ ਨਹੀਂ ਆ ਉਹ ਜਿਹੜਾ ਸੱਗੀ ਚਾਚੀ ਨੂੰ ਲੈ ਕੇ ਨੱਸ ਗਿਆ ਸੀ ਮੈਂ ਕਿੰਨੀ ਯਾਰ ਤਾਂ ਮੱਲੇ 'ਚ ਚਾਚੀ ਉਹਦੀ ਦੀ ਦੌੜ ਬਹੁਤੀ ਸੀ ਉਹ ਹੋਰ ਕਿਸੇ ਨਾਲ ਨੱਸ ਗਈ ਉਹਦਾ ਪੁੱਤਰ ਨਹੀਂ ਟੀਨਾ ਇਹ ਆਹੋ ਜਿਹੜਾ ਪਾਊਡਰ ਵੇਚਦਾ ਨਾ ਮੁਰਾਦ ਨੇ ਅੱਲੇ ਅੱਧੇ ਮੱਲੇ ਨੂੰ ਉਹਨੇ ਲਾਈ ਪਾਊਡਰ ਸਮਝਿਆ ਮੈਂ ਉਹਨੇ ਕੋਈ ਨਵਾਂ ਕੰਮ ਹਾਇਆ ਹੈ ਹੁਣ ਉਹਨੇ ਉਹ ਕੀਤਾ ਮਾਸਟਰ ਜੀ ਉਹ ਕਰਦਾ ਹੂੰ ਮੇਰੀ ਸਾਰੀ ਜ਼ਿੰਦਗੀ ਦੀ ਸ਼ਰਾਫਤ ਨੂੰ ਸੰਨ ਲਾ ਕੇ ਕੱਢ ਕੇ ਲੈ ਗਿਆ ਕੀ ਬੋਲੀਏ ਬੁਝਾਉਣ ਦੀਆਂ ਖੋਲ ਕੇ ਗੱਲ ਤੇ ਕਰ ਸਮਝੇ ਨਹੀਂ ਮਾਸਟਰ ਜੀ ਹਾਂ ਉਹਨੇ ਗੁੱਡੋ ਨੂੰ ਅਗਵਾ ਕਰ ਲਿਆ ਤੇ ਸ਼ਹਿਰ ਚ ਮਕਾਨ ਚ ਰੱਖਿਆ ਸੀ ਤੇ ਉਹਦੇ ਪਿਓ ਨਾਲ ਗੱਲ ਕੀਤੀ ਸੀ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਮਾਸਟਰ ਜੀ ਉਹ ਗੁੱਲੂ ਕੱਢੇ ਵਾਲਾ ਕੀ ਆਂਦਾ ਉਹਦਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਕਿਹਾ ਚੱਲ ਤੂੰ ਉਹਦਾ ਨਿਕਾਹ ਹੀ ਪੜਾ ਦੇ ਕਹਿੰਦਾ ਉਤਲ ਗਈਆਂ ਦੇ ਨਿਕਾਹ ਨਹੀਂ ਪੜਾਏ ਜਾਂਦੇ ਹੁਣ ਉਹਦਾ ਅਖੀਰ ਕਜਰਾ ਦਾ ਕੋਠਾ ਹੁੰਦਾ ਹੌਸਲਾ ਕਰ ਥਾਣੇ ਪਰਚਾ ਦਰਜ ਕਰਾਇਆ ਹੀ ਤਿੰਨ ਵਾਰੀ ਗਿਆ ਥਾਣੇ ਮਾਸਟਰ ਜੀ ਅੱਗੋਂ ਬੋਲੀਆਂ ਮਾਰਦੇ ਨੇ ਮਜ਼ਾਕ ਕਰਕੇ ਕੱਢ ਛੱਡਦੇ ਨੇ ਥਾਣੇ ਆਹ ਮੇਰੇ ਨਾਲ ਭਾਈ ਵੇਖ ਲੈ ਗੁੱਲੂ ਕੱਢੇ ਵਾਲੇ ਤੇ ਪਰਚਾ ਹੁੰਦਾ ਕਿ ਨਹੀਂ ਸ਼ਾਮੋ ਪਹਿਲੇ ਬਾਵਾ ਪੱਤਰ ਦੀਆਂ ਫਿਰ ਨਾ ਤੋਂ ਹੌਸਲਾ ਫੜ ਹਾਏ ਆਹ ਮਰ ਗਿਆ ਹਾਏ ਹਾਏ ਹਾ ਮਰ ਗਿਆ ਮਹਿੰਗਾਈ ਇੰਨੀ ਕਰ ਦਿੱਤੀ ਗਰੀਬੋ ਮਰ ਜਾਓ ਤੁਸੀਂ ਆਏ ਹਾਏ ਉਹ ਮੇਰੀ ਗੱਲ ਸੁਣ ਲੈ ਬੇ ਮਾਰ ਲਈ ਹੈ ਤੁਹਾਡੀ ਗਰੀਬਾਂ ਦੀ ਗੱਲ ਸੁਣੀ ਗਈ ਅਸੀਂ ਹਕੂਮਤ ਕਿਹਦੇ ਨੇ ਕਰਨੀ ਆ ਸਾਡੇ ਸਕੂਲ ਵੀ ਵੱਖਰੇ ਅਸੀਂ ਵੱਡੇ ਲੋਕ ਅੱਲਾ ਦੀ ਮਿਹਰਬਾਨੀ ਇਹ ਚ ਸੰਜ ਬੱਚੇ ਪੜਨਗੇ ਜਾਨ ਮਿਕਡੋਨ ਕ੍ਰੀਸੈਂਟ ਇਸਲਾਮਾਬਾਦ ਹਸਨਤਗਾਨ ਤੁਸੀਂ ਪੜੋ ਸ਼ਦਰ ਟਾਟ ਵਾਲੇ ਸੰਜ ਆ ਮੈਨੂੰ ਤੂੰ ਸਕੂਲਾਂ ਬਚਾਓ ਹੈ ਆ ਮੈਨੂੰ ਤੂੰ ਸਕੂਲਾਂ ਬਚਾਓ ਮੈਨੂੰ ਦੂਸ਼ ਕਹਿਣ ਦਿਆ ਔਰ ਤੈਨੂੰ ਸਿਰੀ ਤੇ ਵੀ ਕਵਾਂ ਪਾਗਲਾ ਐਮਰਜੈਂਸੀ 600 ਰੁਪਏ ਜੇਬ 'ਚ ਰੱਖਣਾ ਬੰਦੇ ਫਿਰ ਕਿਹੜੇ ਭੁੱਖ ਲੱਗ ਜੇ ਚੁੱਪ ਕਰ ਜਾ ਨਹੀਂ ਭੱਟ ਸਾਹਿਬ ਤੁਸੀਂ ਦੱਸੋ ਨਾ ਉਹਨੂੰ ਸਾਰੀਆਂ ਕੌਮਾਂ ਰੱਜ ਕੇ ਉੱਠਦੀਆਂ ਸ਼ੇਖ ਸਾਹਿਬ ਖਾਲੀ ਰੋਟੀ ਰੱਜ ਗਏ ਯਾਰ ਮਲਿਕ ਸਾਹਿਬ ਤੁਸੀਂ ਰੱਜ ਗਏ ਇਹਨਾਂ ਨੂੰ ਜਦੋਂ ਪੁੱਛੋ ਰੱਜ ਗਿਆ ਭੱਟ ਸਾਹਿਬ ਨਹੀਂ ਯਾਰ ਥੱਕ ਗਏ ਹਾਂ ਹੁਣ ਫਿਰ ਗਰਮ ਕਰਾਓ ਫਿਰ ਗਰਮ ਓਏ ਉਹਨੂੰ ਕਾਹਦੇ ਵਾਸਤੇ ਮਾਰਨ ਨੇ ਵੇ ਪਾਣੀ ਲਿਆਵਾਂ ਤੇਰੇ ਵਾਸਤੇ ਉਹਦਾ ਪੈਂਚਰ ਚੈੱਕ ਕਰਨਾ ਹੈ ਸਾਰੀ ਨਿਕਲਣ ਡਿਆ ਹੈ ਮੁੰਡੇ ਦਾ ਮਾਰਨ ਕਿਉਂ ਡਿਆ ਉਹਨੂੰ ਤੁਹਾਡੀਆਂ ਇੱਟਾਂ ਚੋਰੀ ਕਰਨ ਡਿਆ ਸੀ ਮਾਰਨ ਨਾਈਆਂ ਦੀ ਹੱਟੀ ਤੇ ਮੈਨੂੰ ਕਹਿੰਦੇ ਮੇਰੀ ਸ਼ਕਲ ਸ਼ਾਹਿਦ ਨਾਲ ਨਹੀਂ ਮਿਲਦੀ ਬੜਾ ਇੱਟਾਂ ਕੀ ਚੋਰੀ ਕੀਤੀਆਂ ਨਹੀਂ ਉਹ ਭਾਜੀ ਮੈਂ ਚੋਰੀ ਨਹੀਂ ਕੀਤੀ ਹੋਰ ਉਹ ਤੁਹਾਡੇ ਮੁੰਡੇ ਨੇ ਦੋ ਅੱਕੂ ਦੇ ਬੋਬੀ ਆਹੋ ਉਹਨਾਂ ਮੇਰੇ ਕੇ 650 ਦੀਆਂ ਵੇਚੀਆਂ ਨੇ ਜੀ ਤੂੰ ਬਾਹਰ ਪਾਕਿਸਤਾਨੀਆਂ ਨੂੰ ਨਹੀਂ ਪੜ੍ਹਨਾ ਚਾਹੀਦਾ ਉਹ ਪੜ੍ਹਨਾ ਚਾਹੀਦਾ ਜਾਪਾਨੀਆਂ ਨੂੰ ਜਿਹੜੇ ਤਰੱਕੀ ਕਰਨ ਦੇ ਨੇ ਕਿਉਂ ਕੋਰੀਅਨ ਨੂੰ ਪੜ੍ਹਨਾ ਚਾਹੀਦਾ ਫਰਾਂਸ ਨੂੰ ਪੜ੍ਹਨਾ ਚਾਹੀਦਾ ਜਿੱਥੇ ਜਹਾਜ਼ ਬਣਦੇ ਨੇ ਅਬ ਬੇਵਕੂਫਾ ਜਹਾਜ਼ ਪਾਕਿਸਤਾਨ ਵਿੱਚ ਵੀ ਬਣਦੇ ਨੇ ਇੱਥੇ ਹੱਥ ਵਾਲੇ ਜਹਾਜ਼ ਬਣਦੇ ਜੇ ਤੂੰ ਚਾਰ ਜਮਾਤਾਂ ਪੜ੍ਹ ਜੇ ਤੇ ਤੁਹਾਨੂੰ ਪਤਾ ਹੋਵੇ ਨਾ ਕਿ ਇੱਥੇ ਵੀ ਸਹੀ ਜਹਾਜ਼ ਬਣਦੇ ਨੇ ਤਾਂ ਮੈਂ ਤੇ ਅਨਾਰਕਲੀ ਵੇਖੇ ਨੇ ਸ਼ਿਪ ਟੱਪ 'ਚ ਚੱਲਣ ਨੇ ਪੂਰਾ ਲੈਣਾ ਸਾਰੇ ਭੈਣ ਭਰਾ ਚੰਗੇ ਭਲੇ ਨੇ ਬਕਵਾਸ ਨਾ ਕਰਿਆ ਕਰ ਮੇਰੇ ਨਾਲ ਤੇਰਾ ਜਿਹੜਾ ਮੂੰਹ ਹੈ ਨਾ ਮੈਂ ਢਾ ਛੱਡਣਾ ਢਾ ਕੇ ਬਲੋ ਸਹੀ ਪਾਣੀ ਪਿਆ ਦੇ ਮੈਂ ਤਾਂ ਟਿਕਣ ਵਾਲੀ ਹੋ ਚੱਲੀ ਆ ਇੱਥੇ ਇਹਨਾਂ ਨੇ ਮੇਰੀ ਜਾਨ ਖਾਧੀ ਹੋਈ ਆ ਰਾਜ ਜੀ ਮੈਂ ਕੋਲ ਜਾ ਰਹੇ ਨਾ ਕੋਲ ਗੱਡੀਆਂ ਅੰਗਰ ਹੋ ਗਈ ਹਾਂ ਖੁਸ਼ ਤਾਨਾ ਕਰਮ ਚਾਰੇ
ਕੇ ਤਾਂ ਦੋ ਚਾਰ ਕੰਦੇ ਪੜਾ ਚਾ ਆਹਿਸਤਾ ਆਹਿਸਤਾ ਤਰੱਕੀ ਕਰ ਦੂਜੇ ਨੇ ਵੀ ਸੁਣ ਤੇਰਾ ਸਿੱਧਾ ਪਾਸਾ ਕਿਹੜਾ ਹਸਪਤਾਲ ਨਾ ਕਰ ਮਟਿਆਰੇ ਮੇਰੀਆਂ ਗੱਲਾਂ ਔਰਤਾਂ ਵਾਲੀਆਂ ਨੇ ਹੱਥ ਮੇਰਾ ਭਾਈਆਂ ਵਾਲਾ ਹੀ ਇਹ ਆਮ ਅਮੈਰੀਕਨ ਸਿੰਗਰ ਉਹ ਕਿੱਦੇ ਪਾਪਾ ਕੀ ਦੱਸਦੀ ਆ ਮਟਿਆਰੇ ਉਹ ਕਹ ਚੰਗਾ ਜਿਹਾ ਆਪਣੇ ਜਿਹਾ ਦੇਖ ਕੇ ਤੇ ਦੋ ਚਾਰ ਕੰਦੇ ਪੜਾ ਛਾ ਉਹ ਇੱਕ ਸਿੰਗਰ ਦਾ ਕਸ਼ ਨਹੀਂ ਲਵਾ ਤੇ ਸਿੰਗਰ ਦੀ ਚੰਗੀ ਲਵਾ ਮਾਸ਼ਾਅੱਲਾ ਬਾਜਾਨ ਸੁਲਤਾਨ ਰਾਏ ਦੇ ਬੱਚੇ ਕਿੱਡੋ ਆਏ ਹੋਏ ਕੀ ਲੈਣਾ ਏ ਨਸ਼ਾ ਉਹਨਾਂ ਗਰੀਬਾਂ ਨੂੰ ਫਰੰਟ ਦਿਖਾ ਐ ਕ੍ਰੋਸ ਐ ਉਧਰ ਐਂ ਕਰਕੇ ਖਲੋਤਾ ਸਰ ਮੇਰਾ ਸਾਹਮਣਾ ਹੈ ਸਰ ਮੇਰਾ ਸਾਹਮਣਾ ਇਹ ਵੀ ਚੀਜ਼ਾਂ ਅਨਾਰ ਕੇ ਲਈ ਵੇਖਦੀ ਵਿੱਚ ਤੀਲਾ ਦਿੱਤਾ ਉਹਨੇ ਭਲਵਾਨ ਬਣਾਇਆ ਉਹਨੇ ਕਿਤੇ ਲਾਈ ਇੱਕ ਸਿਗਰਟ ਦੀ ਡੱਬੀ ਦੇ ਜਾਨਾ ਕੀ ਸਿਗਰਟ ਦੀ ਡੱਬੀ ਦੇ ਸਿਗਰਟ ਚਾਹੀਦੇ ਨੇ ਮੈਂ ਤੈਨੂੰ ਹੁਣੀ ਸਿਗਰਟ ਲਿਆ ਕੇ ਦਿੰਨਾ ਮਰ ਜਾਣਿਆ ਮੈਂ ਲੈ ਕੇ ਆਣਾ ਗੁੱਡ ਫਲੈਗ ਆਪਕੇ ਲਈ ਆਪਕੇ ਬੱਚੋਂ ਕੇ ਲਈ ਐ ਗੁੱਡ ਫਲੈਗ ਆ ਫੜਾ ਫੜਾ ਗੁੱਡ ਫਲੈਗ ਫੜਾ ਫੜਾ ਮੁਬਾਰਕ ਹੋਵੇ ਵੀ ਬੜੀ ਗਾਹਕੀ ਪਈ ਤੈਨੂੰ ਅੱਜ ਬੜਾ ਮੁਸ਼ਕਲ ਗਾਹਕ ਚੱਲ ਅੱਲਾ ਰੋਜ਼ੀ ਦੇਵੇ ਭਾਈ ਤੈਨੂੰ ਪਤਾ ਕਿ ਮੈਂ ਤੇਰੇ ਘਰਦਿਆਂ ਤੇ ਮਰਿਆ ਪਿਆ ਜੰਗਲੀ ਕਬੂਤਰ ਕਿੱਧਰ ਚਲਾ ਗਿਆ ਆਂਦਾ ਮੈਨੂੰ ਮਿਲਦਾ ਵੀ ਨਹੀਂ ਵਾਲੇਕੁਮ ਜੀ ਦੇਖੋ ਜੇ ਮੈਂ ਮਾਸਟਰ ਅੰਕਲ ਨਹੀਂ ਪੜਾਂਗਾ ਮੈਂ ਫੇਲ ਹੋ ਜਾਵਾਂਗਾ ਇਮਤਿਹਾਨ ਵਿੱਚ ਮੇਰੀ ਮਜਬੂਰੀ ਹੈ ਤੇ ਠੀਕ ਹੈ ਫਿਰ ਮੇਰੀ ਵੀ ਕੋਈ ਮਜਬੂਰੀ ਹੈ ਉਹ ਕੀ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ਼ਕ ਦੀ ਬਿਮਾਰੀ ਲੱਗ ਗਈ ਹੈ
क्यों भाई क्यों ना करा? मैं तेरा रिश्ता करवाना सोनिया। तू कितने करवाएगा? मुंडा वेल्डिंग का काम करता है।
ਜਿਹੜਾ ਕੰਮ ਤੈਨੂੰ ਨਹੀਂ ਆਉਂਦਾ ਕਿਉਂ ਹੱਥ ਮਾਰ? ਕੀ ਹੋ ਗਿਆ? ਕੀ ਕਰ ਦਿੱਤਾ? ਮੈਂ ਸਾਰੀਆਂ ਗੱਲਾਂ ਸੁਣ ਲਈਆਂ, ਮੈਂ ਤੇਰੇ ਪਿਓ ਨੂੰ ਦੱਸਾਂ। ਨਾ ਚਾਚਾ ਦੇ ਮੇਰਾ ਚਾਚਾ ਐਡਾ ਚੋਨਾ ਚਾਚਾ ਐਡਾ ਚੋਨਾ ਤੂੰ ਮੇਰੀ ਮੈਂ ਝੂਠ ਬੋਲਿਆ। ਕੀ ਹੋ ਗਿਆ ਚਾਚਾ? ਨਾ ਦੱਸਿਆ ਤੇਰੇ ਪਿਓ ਦਾ 50 ਰੁਪਏ ਲੱਗਦੇ। 50 ਰੁਪਏ ਲੈ ਲਓ ਤੁਸੀਂ, ਆ ਲਓ ਫੜੋ 50, ਇਹਨੂੰ ਇੰਜ ਰੱਖਿਆ। बस मेरी मर्जी हूं, मैं उत्ते रहना करना, उत्ते सौना करना, उत्ते पढ़ना करना। वो आप बड़ी गल्ला करते हैं जो तुम पढ़ते नहीं, तुम काम नहीं करते, योजे पढ़ा तो योजे काम खावे तो की याद करेगा। पागल मेरा दिल भी पागल। की कट पैसे? मैं कट। मेरी गल सुन, इटा गए वेक जे आपे नु पता लग गया तेरी इट भन देनी। तू पैसे कट। लोई भवानी पैसे बचने 150 रुपया, ए 100 तुसी रखो। ओए 100? ओ पागला गिन ते सही। बेबे पता लग जाए, अबे ना पता लगे। तेन पता आप अबे ने सोटी ला के रखी होंगी साढ़े हाथ, पता ही नहीं कहते ਕੌਣ ਹੈ?
राम दयाल है, मैं गोपाल का बेटा हूँ, मेरी घनश्याम होने वाली है, मैं पिताजी को जाके अभी विनती करता हूँ। काला जी मैं भी चुड़ैल का ही बच्चा हूँ, नहीं तो बाहर दे खोल के देख लो। अपनी बरादरी ना तंग करो। मेरा नाम सुन लिया जी सावित्री है मेरा। और मैं ऊपर वाले कमरे में रहती हूँ। अच्छा, मैं अपनी औकात में रहता हूँ। तुम में से अगर कोई भी ऊपर कमरे में आया तो मैं उसका खून पी जाऊंगी। अज लत भारी हो गई है, अभी उठ गया मैं। तू क्यों पिछे रह जानी है? इतने ठीक है जी, पिछले निकल के गल कर। तुम अक्सर छत पर आते जाते हो। हाँ जी। और छत पे गंद डाल के चले जाते हो। और साढ़े को की उम्मीद हो सकती है? मैनू सवेरे 9 बजे जगा लेना। भाभी बस भाई बस, मैं बड़ा दलील हो गया। क्यों? मैं हिसाब लाया वे कि अज तो बाद काम छड़ दियो। क्यों? मैं फैसला किया अज तो बाद चोरी बंद, उंज छावा चुकांगे। बागजी जी चोरी चोरी बंद कर दी, छावा चुकन की जरूरत है? की करिए फिर? आराम नाल बेईमानी करा करांगे। बरवाण वाली गल्लां ना कर, साडी ते मासले च कोई इज्जत ही नहीं रही। क्यों? दसो यार, दाल खा खा के इतने बदनाम हो गए असीं कि कल विआह ते गए उत्थे जाके मैं बड़े शौक नाल बोटी पाई, मूँह दे विच बोटी पुड़क के बाहर आ गई। मैं डॉक्टर कोल गया, मैं कहा डॉक्टर साहब तुसीं इह की होण डिआ? ओह कहिंदे यार तुसीं बोटियां ना खाया करो, ਤੁਹਾਡੇ ਮੇਦੇ ਦੇ 7 ਦਾਣਾ ਦਾ ਪਹਿਰਾ ਹੈਗਾ। ਉਹ ਮੱਲੇ ਨੇ ਬਜ ਬਜਾ ਕੇ ਲੰਗੀ ਦੇ ਹਰ ਆਵਾਜ਼ ਮਾਰਦੇ ਨੇ, ਉਹ ਜਾਣਦੇ ਹੀ ਦਾਲ ਗਰੁੱਪ ਦਾਲ ਗਰੁੱਪ। ਕੱਲ੍ਹ ਮੈਂ ਦੁਕਾਨ ਦੇ ਅੱਗੋਂ ਲੰਘਿਆ, ਬੰਦੇ ਦੇ ਬੰਦੇ ਬੋਰੀ ਦੇ ਵਿੱਚੋਂ ਦਾਲ ਨੇ ਘੂਰ ਕੇ ਵੇਖਿਆ, ਕਹਿੰਦੀ ਚੱਲੀ ਏ। ਉਹ ਮੈਂ ਉਹਦੇ ਦਿਨ ਗੋਸ਼ਤ ਵਾਲੀ ਦੁਕਾਨ ਦੇ ਅੱਗੋਂ ਲੰਘੀ। ਅੱਛਾ, ਗੋਸ਼ਤ ਮੈਨੂੰ ਕਹਿੰਦਾ ਚੱਲ ਚੱਲ ਆਹ, ਉੱਥੇ ਕੁੱਤੇ ਬਿੱਲੇ ਨਹੀਂ ਖਲੋਣਦੇ। रक्षा भी कोई लंघन दिया, डरा मेरा मगर ना ही मेरा चप्पू कितने गए ने। मेरा त्रा निकल गया। कौन है तू? मेरा नाम सावित्री है। मेरा नाम कन्हैया लाल है। तेरा नाम सावित्री है? हाँ। तेरा नाम उत्तरी नखत्री है? बकवास बंद करो, तुसी शुरू करो। ये बड़ा संडे है, विच कोई और भी है? कमरे में रहती हूँ। सानू किराया दे रही है। तुसी उत्ते करदे की हो? अच्छा है, करदे हो? ए तुहाडा हार बड़ा वधिया है। अच्छा, मुंह बड़ा लाल कीता, तुहाना खा के आए हो?
खुदा दा वास्ते सानू माफ कर दियो, असीं उत्ते नहीं जांदा जावांगे। तुम दोनों अक्सर छत पर आते जाते हो। ओ बेबे कल दी सानू, असीं उतला कमरा बढ़ान दे है ना। ममटी रह गई हाली। अगर तुम में से हाँ जी अब कोई भी ऊपर छत पर आया हाँ जी तो मैं उसका खून पी जाऊंगी। साडे ते खून किते दाल खा खा के मत बची साडी ते। साडे पेप्सी पी लो खुदा दा वास्ता जे। सानू ते छुरी मारोगे ते विचों बेसन निकलेगा। साडे अंदर ते कख नहीं जे, खुदा दा वास्ता जान लियो। अल्लाह दी कसम। Ha ha ha!
ਮੁੰਡੇ ਪੜ੍ਹੇ ਨੇ ਤੁਸੀਂ ਫਿਕਰ ਨਾ ਕਰੋ ਮੈਂ ਪੜ੍ਹਨੇ ਵਾਂ ਮੈਂ ਕਿੰਨਵੀਂ ਚ बड़ी चुड़ेल कड़ी ने बड़े चिन्ह कड़े ने एक मुंडे नु ग्लास को चुड़ेल चिमड़ के सिर्फ फीक नु मैं जाके कड़ी सी ग्लास को तू चुड़ेल कड़न अंग्रेज चुड़ेल भी तेरी बात होनी बिल्कुल फिक्र ना करो मैं चुड़ैल कट देगा मेरे को बड़े जिन ने ए नेड़े जिन ने तेरे को एक अद्धे नु कह तेरी जामत ही कर छड़े हो खामोश ए वेले बैठे रहंदे ने पाकिस्तानी जेल ने नहीं तुसी समझ नहीं रहे मैं इन पे अमल करूंगा इंशाल्लाह ठीक हो जाएगा चलो करो ठीक है शुभ अली का प्रणाम हो शुभ अली शुभ शुभ अली का सोदा बणन दिया चुड़ैल को मौजा लूटन दी क्यों इन लोगों को तंग कर रही हो चलो ऊपर ऊपर चलो ऊपर चलो और मरो ऊपर चलो ऊपर चलो ऊपर और ऊपर ऊपर चलो चलो ऊपर चलो बिल्कुल जादू पर हक है अच्छा। पर करने वाला काफिर है पर किने कीता काफिर ते सुता है ये बेटा घर च को काफिर आया नहीं अब्बा जी सिर्फ तुसी आए हो मुंडे ठीक हो जाएंगे मास्टर जी अच्छा जी मैं बड़ी दफा जिन के चाहिए ना पानी ले आओ मुंडे ठीक हो जाएंगे मेरे को ठीक जमे नहीं गए तू किवें ठीक कर ले मैं अमल कर रहे हूं करो इधर आ जाओ अच्छा छबा के लगा ले तू सुन लो छुम छबा के लगा ले लोगों ने नहीं छुम ये गिलास टूटा मैं लता तोड़ छड़ी मैं अमल कर रहे हूं ये अमल करना है तो कराकरी तो सांप के बन ठीक है छबा के लगा ले नहीं छुम वो दाम पाड़ की चवला मारन दी क्या एहो कुछ ही करना ही थे मैनू भी आंदा छबा जगह 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 शाह हो रहा मखौल ना करो ना उन्होंने कम कर दो अरे उन समझाओ बहन जी आओ करो शाह शाम छुम हट जाओ पीछे पीछे हो नोट बहन गए पूरे उठ बहन गए की तकलीफ ही है ऐ भी छटे मारन दिया सी कोई बेहोश नहीं होए अहां ते डर के केस वटी सी मैं और तू ओ फटे मुंह ओ मुंडा तो डॉक्टर साहब इधर भी आओ ओ चिड़ैल आ गई सी बेटा ओ शाह जी इधर आओ अब तो क्या जरूरत है किसे इधर भी ज्यादा छटा मारना जी ये मुंडा बहुत आबासी है बिल्कुल जी हक हू हक हू मैं तेरा पियू ओए होए ओ परा परा हो जो बच्चा दे गई जे हया कर कुछ हया कर जो ने रिजल्ट कढ़िया तेरे ना चंगा ही चड़ेल नाल ही विआ कर ले ओ टुट पैणिया तेरा वीर है वड्डा ओ वीर है ओनु जिन्नू लीर समझन दी ओ छे मेरा भरा है तुसा भी माहौल ही समझे असि तो कर जा मैं वीरा ए शाह जी नी शाह जी हां ओ हुसैन मंजन दी डब्बी ते फोटो हुंदी जदी नहीं तुमने मुझे पहचाना नहीं मूर्ख पहचाना नहीं तुमने और जानना मैं टेंशन दे पीछे जुआ कराऊंगा मास्टर जी ए फड़ो गिलास ए मेरे वास्ता काम नहीं है अच्छा मैं चले शहर अच्छा बड़े शाह जी नाल गल करांगा अच्छा तुहानु भी उत्ते गल करनी पैंदी हां मैनु भी उत्ते गल करनी पैंदी ए सुभाई शाह है ना जी इनु मरकज दे शाह नाल गल करनी पैंदी मैं चले वहां आ गल सुन हां सैयद आले हजर साहब ने गल कर ठीक है सखी साहब भी बैठे नुते हटो हटो मैं चले आ मैं और तू परामा की बकवास है की मुंडे ने तोड़े कैम हो जरा मुंडे दलतियां भी मार दे मैं और तू वो जाने के नहीं पूरा होके दम पाड़े ठोड़ी ते अड्डी बाज गई ते फिर किथों दम करांदा फिरे वो चुड़ैल दा साए ते मैं और तू आ थू शाह जी हां जी शाह जी जिन काट लेंदे हो हां बच्चा
ਅਦਰ ਮੇਰੀ ਦੁਕਾਨ 'ਚ ਬਿੱਲੀ ਵੜ ਗਈ ਹੈ ਜ਼ਰਾ ਕੱਢ ਲਓ। ਇਹ ਬਿੱਲੀ ਨੂੰ ਛਿੱਛੜੇ ਦਮ ਕਰਕੇ ਪਾਏ। ਚਲੋ ਉਧਰ ਚੜੇ ਲਾਵੇ ਦੱਸੋ ਕਾ ਸਾਨੇ ਭਰਾ ਨੂੰ ਚੜੇ ਚਮਲ ਗਈ ਹੈ। ਸੱਚ ਨੂੰ ਉੱਤੇ ਬੰਦ ਕਰ ਦਿੱਤਾ ਜੇ ਉਹਨੂੰ। ਚਲੋ ਗੁੜ ਜਾ ਅੰਦਰ ਚੱਲ ਪੜੋ। ਸਾਰੇ ਭੈਣ ਭਰਾ ਚੰਗੇ ਭਲੇ ਨੇ, ਮੇਰੀ ਵਾਰੀ ਕੱਪੜੇ ਹੀ ਰੱਖ ਲਏ ਵਿੱਚੋਂ। ਓਏ ਕੁੜੀਏ ਚਲੋ ਪੜੋ ਚੱਲ ਚਲੋ ਚਲੋ ਅੰਦਰ ਆਹਨੂੰ ਸਮਝਾਇਆ ਦੱਸਾਂ ਜੀ। ਚਲੋ ਤੂੰ ਵੀ ਅੰਦਰ। ਮੈਨੂੰ ਹਰ ਵੇਲੇ ਪੜਨ ਦੇ ਕਹਿੰਦੇ ਰਹਿੰਦੇ ਹੋ, ਕੋਈ ਕਿਸੇ ਹੋਰ ਨੂੰ ਵੀ ਕਿਹਾ ਕਰੋ। ਦਫਾ ਜਾ ਅੰਦਰ, ਦਫਾ ਜਾ ਅੰਦਰ। ਉਹ ਮੇਰੀਆਂ ਕਿਤਾਬਾਂ ਕਿੱਥੇ ਨੇ? ਉਹਨੇ ਤੇ ਮੈਂ ਨਹੀਂ ਅੱਜ ਪੜਨਾ। ਬਈ ਮੈਨੂੰ ਨਾ ਮਾਰਿਆ ਕਰੋ, ਤੁਹਾਡੇ ਨਾਲੋਂ ਵੱਡਾ ਵਾ। ਲਾਂਤੀਆ ਤੂੰ ਕੀ ਦਾਦੀ ਵੱਲ ਹੋਇਆ ਸਾਂ? ਅੱਗੋਂ ਮੇਰਾ ਮੂੰਹ ਨਾ ਵੇਖ, ਮੇਰਾ ਕਰੈਕਟਰ ਮੈਂ ਮਾਰਾਂ। ਚੱਲ ਚੱਲ ਬਈ, ਵੱਜਦੀ ਹੈ ਹਜ਼ਾਰ ਕਰੋ। ਮੈਂ ਬੇਟਾ ਕੁਛ ਨੀ ਖਾਦਾ, ਮਾਂ ਤੇਰੀ ਉਹਨਾਂ ਦਿਨਾਂ ਚ ਖੁਦਕੁਸ਼ੀ ਵਾਸਤੇ ਜ਼ਹਿਰ ਖਾਂਦੀ ਹੈ। ਮੇਰੀ ਕਿਤੇ ਯੌਮੇ ਪਿਸ਼ਤੀ ਤੇ ਨਹੀਂ।
ਕਰਕੇ ਬਹਾਏ ਨਾ ਮੱਝ ਨਾ ਕੱਟਾ ਸੋਟੀ ਲਾ ਕੇ ਫਿਰਦਾ ਰਹਿੰਦਾ ਜੀ ਯਾ ਇਧਰ ਤੈਨੂੰ ਹੀ ਕਾਂ ਇਹ ਕਾਂ ਮੈਂ ਤੁਹਾਡੀ ਮੱਝ ਥੱਲੇ ਜਾ ਵੜਿਆ ਸਾਂ ਆਸ ਨਾ ਮੈਂ ਤਾਂ ਦੱਸਾਂ ਬੜਬੋਚਾ ਮਾਸਟਰ ਨਾ ਨਾ ਹੁੰਦਾ ਤੂੰ ਇਹ ਤੇਰਾ ਪਿਓ ਹੁੰਦਾ ਚਲੋ ਚਲੇ ਵੀ ਜਾਓ ਉਹ ਚਲੋ ਤੂੰ ਚਲੇ ਵੀ ਜਾਓ ਮੇਰੇ ਨਾਲ ਮੰਮਾ ਵੀ ਦੱਸ ਨਾ ਮੈਂ ਮੈਨੂੰ ਮੈਂ ਤੂੰ ਆਨੂੰ ਨਹੀਂ ਫਿਰ ਤੂੰ ਨਹੀਂ ਮੈਂ ਕੁਝ ਨਹੀਂ ਕਹਿੰਦੀ ਕਿਹਾ ਕਰ ਕੀ ਹੋ ਜਾ ਚਲ ਉਹ ਬਿੱਲ ਬਦਲ ਦੇ ਇਹ ਪੱਖੇ ਦਾ ਕੁਝ ਕਰ ਲੈ ਆ ਕੇ जवान लड़की एक जवान लड़के को खलोती हो तो किस किस्म की गल्लां करनी चाहिए ने मैं इत्थे पढ़न लई आना किस पासे लाण लई मैं मेरी गल सुन शेरजा मैं किताबां दा कीड़ा बनना कुछ नहीं हुंदा भला दसो किदा पढ़न वास्ते आना वा मैं इश्क नालों वड्डी पढ़ाई कहिंदी हुंदी है अंग अंग फड़के मेरा हो 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 हो
ਸ਼ਾਲੀ ਭਰਾ ਨੂੰ ਚੁੜੈਲ ਫੜ ਸਕਦੀ ਹੈ ਨਾ ਤੇ ਤੈਨੂੰ ਵੀ ਫੜ ਸਕਦੀ ਹੈ ਤੇ ਤੂੰ ਵੀ ਤਾਂ ਚੁੜੈਲ ਨਹੀਂ ਵੀ ਆਰਾ ਤਾਂ ਚੁੜੈਲ ਚ ਕੀ ਫਰਕ ਹੁੰਦਾ ਹੈ ਔਰਤ ਵੀ ਜਿਸ ਟਾਈਮ ਚਾਹੇ ਆਪਣਾ ਰੂਪ ਬਦਲ ਲਵੇ ਤੂੰ ਚੁੜੈਲ ਮੈਨੂੰ ਕਦੇ ਵੀ ਨਹੀਂ ਚਿੰਮਣੀ ਚੁੜੈਲਾਂ ਆਪਣੀ ਬਰਾਦਰੀ ਦਾ ਖਿਆਲ ਰੱਖਦੀਆਂ ਨੇ ਅਸੀਂ ਵੀ ਹੁਣ ਤੁਸੀਂ ਹੋ ਗਏ ਹਾਂ ਮੇਰੀ ਗੱਲ ਸੁਣ ਹਾਂ ਮੇਰੇ ਅੱਬੇ ਨੂੰ ਦੱਸੇਗਾ ਤੇ ਨਹੀਂ ਤੂੰ ਵੀ ਨਾ ਦੱਸੀ ਕੀ ਤੂੰ ਮੇਰਾ ਨਾ ਦੱਸੀ ਮੈਂ ਤੇਰਾ ਦੱਸ ਦਿਆਂ ਮੇਰੀ ਗੱਲ ਸੁਣ ਹਾਂ ਦੁਆ ਕਰਕੇ ਮੇਰਾ ਸ਼ੇਰ ਸ਼ਾਹ ਬਣਾ ਹੋ ਜਾਏ ਦੁਆ ਕਰੇਗਾ ਨਾ ਮੈਂ ਤੂੰ ਜ਼ਰੂਰ ਦੁਆ ਕਰੇਂ ਮੇਰੀ ਮਾਂ ਕਹਿੰਦੀ ਹੈ ਜੇ ਖੈਰ ਮਜ਼ੇ ਵਾਲੇ ਦੁਆ ਕਰਨ ਅੱਲਾ ਜਲਦੀ ਸੁਣਦਾ ਹੈ ਸੰਗਲੀ ਛੋਟੀ ਉੱਥੇ ਵੱਟ ਜਾਂਦਾ ਫਿਰ ਪੜੋ ਪੜੋ ਨਹੀਂ ਪੜਦਾ ਮੈਂ ਫੇ ਹਮਾਈਓ ਸੁਣਿਆ ਤੈਨੂੰ ਜਿੰਨ ਚਿੰਬੜ ਗਏ ਨੇ ਲੈ ਦੱਸੋ ਮੈਨੂੰ ਜਿੰਨ ਚਿੰਬੜ ਸਕਦੇ ਨੇ ਉਹ ਮੈਨੂੰ ਤਾਂ ਮੇਰੇ ਕੋਲੋਂ ਤਾਂ ਚੁੜੇਲਾਂ ਦੇ ਬੱਚੇ ਡਰਦੇ ਨੇ ਮੈਂ ਮਿੰਟੋ ਬਾਹਰ ਜਾਂਦਾ ਬੱਚੇ ਚੁੜੇਲਾਂ ਦੇ ਖੇਡਣ ਦੇ ਮੈਨੂੰ ਵੇਖ ਕੇ ਡਰਦੇ ਕਹਿੰਦੇ ਅੰਮੀ ਬਾਹੂ ਉੱਤੇ ਚੜ ਜਾਂਦੀ ਉਹ ਸ਼ਾਨੀ ਨੂੰ ਚੁੜੇਲ ਚਿੰਬੜੀ ਹੈ ਤੇ ਤੈਨੂੰ ਕੀ ਹੋਇਆ ਤੂੰ ਕੀ ਰੋਣ ਡਿਆ ਓਏ ਅੱਬਾ ਜੀ ਕਹਿੰਦੇ ਨੇ ਪੜ ਆਹੋ ਤੇ ਮਰਨ ਕਿਉਂ ਲੱਗਿਆ ਪੜ ਲੈਗਾ ਤੇ ਤੇਰੀ ਜ਼ਿੰਦਗੀ ਬਣ ਜਾਏਗੀ ਆ ਪੜਾਈਆਂ ਨਾਲ ਜ਼ਿੰਦਗੀ ਬਣਦੀ ਏ ਇੱਕ ਮੁੰਡਾ 12ਵੀਂ ਚ ਪੜਦਾ ਸੀ ਉਹਦੀ ਮੋਟਰਸਾਈਕਲ ਕੰਨ ਨਾਲ ਵੱਜੀ ਉੱਥੇ ਮਰ ਗਿਆ ਕੀ ਜ਼ਿੰਦਗੀ ਉਹਦੀ ਇੱਕ ਮੁੰਡਾ 9ਵੀਂ ਚ ਪੜਦਾ ਸੀ ਉਹ ਮਰ ਗਿਆ ਪੜਦਾ ਪੜਦਾ ਭਰਾ ਜੀ ਅੱਜ ਭਾਈ ਆ ਪੜਾਉਂਦੇ ਨੇ ਹਜ਼ਰਤ ਇੱਕ ਜ਼ਰੂਰੀ ਐਲਾਨ ਸੁਣੀਏ ਬੜੇ ਅਫਸੋਸ ਕੇ ਸਾਥ ਇਹ ਇਕਰਾਰ ਦੀ ਜਾਂਦੀ ਹੈ ਕਿ ਅੱਬਾ ਜੀ ਕਿਸਾਏ ਰਾਹੀਂ ਸੇ ਆਜ ਖੁਦ ਪੜਾਏਗੇ ਯਾਰ ਅੱਲਾ ਤੋਂ ਰਹਿਮ ਮੰਗ ਚੰਗੇ ਭਲੇ ਸਾਨੂੰ ਕਿਸ ਤਰ੍ਹਾਂ ਪੜਾਉਣ ਲੱਗ ਪੈਣ
लड्डू बनाया करो आप जे पहले लड्डू बनाए हैं कदों चंगे बने भी आप बनाने सन तुम भी कारीगर से सुटी सीख लिया एडा
सलाम ही कर जाए। ਭਾਜੀ ਨੇ ਕਹਿੰਦੇ ਸੀ ਛੁੱਟੀ ਵਾਲੇ ਦਿਨ ਨਾ ਤੁਹਾਨੂੰ ਆਪ ਸਲਾਮ ਕਰਨ ਆਣਗੇ। ਚਲੋ ਠੀਕ ਹੈ ਠੀਕ ਹੈ, ਮੈਂ ਤੁਹਾਨੂੰ ਹੁਣੇ ਮਠਾਈ ਲੈ ਕੇ। ਆ ਜਿਹੜੀ ਮੁੰਡਿਆਂ ਮੇਰੀ ਬੇਇੱਜ਼ਤੀ ਕੀਤੀ ਨਾ ਬਾਹਰ ਮਹੱਲੇ 'ਚ ਨਾ ਦੱਸੀ। ਨਾ ਨਾ ਚੱਲ ਜਾ ਮੇਰਾ ਪੁੱਤ। ਅੱਛਾ ਅਸਲਾਮ ਅਲੈਕੁਮ। ਆ ਮੁਝੇ ਆ ਰੇ ਓਏ ਭਾਜੀ, ਓ ਯਾਦ ਹੀ ਨਹੀਂ ਰਿਹਾ, ਮਾਨ ਨਹੀਂ ਯਾਦ ਹੀ ਨਹੀਂ ਰਿਹਾ। ਤੁਹਾਨੂੰ ਪਤਾ ਨਹੀਂ ਅੱਬਾ ਹੀ ਖਲੋਤੇ ਨੇ, ਨਾ ਖਲੋਤੇ ਹੁੰਦੇ ਤਾਂ ਮੈਂ ਮਗਰ ਨਹੀਂ ਚਲੇ ਜਾਂਦਾ ਹੁੰਦਾ। ਉਹ ਤੇ ਠੀਕ ਹੈ, ਲੇਕਿਨ ਇਹਨੂੰ ਨਾ ਛੇੜ। ਚੱਲ ਕੁੜ ਜੀ ਅੰਦਰ। औलाद अगे अगे जान रही है, इधर मेरी औलाद पिछे पिछे ही आन रही। असं चाहे पिछा कैम रहे, दुनिया की औलाद अगे जान रही है, सानू कहते पिछे। असि कदों पिछे, सानू अगे वेखना वा, तो जाके उत्थे वेखो दाता सरकार दे। झगे पुला पवा लिया, बाद कहना हाई मेरा ढिड सड़ गया। बाद मेरे मेदे बुलबुले निकल लग गया। टाइम नहीं हुआ चुको इतो खोती स्कूल। दुकान से पता क्यों बिठाया? घर बड़ी पुरानी साइकिल पई। दो रुपये लाके पानी रोड दे। किन्नी पूरी की अंदर जाके बैठा ही मैं पिछो तराना लाता। चाली मील पैदल फिरना रोज। हां जी मैनू तो लोगों ने कहा तू डाइवो होगा। डाइवो हां जी हां, एक बुरकी च 40 मील करता ही। ओए सबक सुनाओ भाई, पढ़ाओ ते तमीज ना लगी हो गया। सबक सुनाओ। अब भाई सबक दे सुनान दे, मरते रही था आज, तुसी अपनी सुनाओ की हाल है। सुन लो जी, अपनी मैं की सुनावा, अपना को मेरा काम चंगा है। ओ इधर ते जड़ा कीता कीता इधर ते हाथ ही मुका दी। शुक्र है मेरे मौला, मैं ते कभी अपने हुस्न ते मान ही नहीं कीता। तू अपने हुस्न ते मान ना करया कर, चिट्टा रंग करया कर। और मैं क्या तेरा की नाम नदीम है? ओए मेरी मां मैंने जितेंद्र कहंदी सी। ओए फे फिल्म दा पुत्र ही। जितेंद्र नहीं सी कहंदी, चकंदर कहंदी सी। ए लत ला छड़ गांड बज जानी। किथे किथे ध्यान पैंदा ही तेरा। अपने वालों सोहना बन के बैठा, लगता लंगूर ने मैटर कीता। मैंने लंगूर कहंदा, मैं तुहाडी छत ते चढ़ गया सा। हरन दी गल कर रहा, मैं ये नहीं किया अन्ने कुत्ते हरना मगर। हरन किने बनाया सी ओए हरन मनार? अबाई किसे हरन ने बनाया होना। हाथ कट बेटा। मैं की किया? ओए हाथ कट जी, आओ ही कट इतने मार लो दूसरी नहीं। उधर भी मारनी
ਇਹੋ ਜਿਹੇ ਸਟੂਡੈਂਟ ਨੂੰ ਹੱਥ ਤੇ ਨਹੀਂ ਮਾਰੀਦਾ, ਮੂੰਹ ਤੇ ਠੁੱਟੇ ਮਾਰੀਏ। ਓਏ ਪਾਟੇ ਗੇਂਦ ਦੇ ਮੂੰਹ ਵਾਲੇ, ਆਰਾਮ ਨਾਲ ਬੈਠ। ਜਾ ਕੰਮ ਕਰ, ਜਾ ਵੇਲਾ ਫਿਰ ਓਏ ਅੰਦਰ ਵਿੱਚ ਹੀ ਬਹਿ ਗਈ ਆ ਕੇ। ਮੈਂ ਅੱਬਾ ਚੁੱਕ ਕੇ ਮਾਰ ਲਈ, ਮੈਂ ਤੇ ਨਾ ਗੰਦ ਸੁੱਟੀ। ਮੈਂ ਤੈਨੂੰ ਦੱਸਾਂ ਲਾਂਤੀਆ ਜਿਹਾ ਉਹਨੂੰ ਕਹਿਣ ਦੇ ਆ, ਉਹਦੀ ਲੜਾਈ ਚ ਅੱਬਾ ਚੁੱਕ ਕੇ ਮਾਰ ਲਈ। ਜਦੋਂ ਮਾਂ ਨਾਲ ਲੜਨਾ ਉਦੋਂ ਵੀ ਕੋਈ ਇਹੋ ਜਿਹੀ ਗੱਲ ਕਰੇ। ਓਏ ਤੂੰ ਦੱਸ, ਓਏ ਬੇਟਾ ਸਵਾਲ ਦੱਸਣਾ ਹੈ, ਕੈਚ ਨਹੀਂ ਫੜਨਾ। ਇਹ ਦੱਸ ਜੰਗੇ ਪਲਾਸੀ ਕਦੋਂ ਹੋਈ ਸੀ? ਜੰਗੇ ਪਲਾਸੀ ਜਨਾਬ ਭੋਲੇ ਦੁੱਧ ਹੀ ਵਾਲੇ ਦੁਕਾਨ ਤੇ ਸਵੇਰੇ ਮੈਂ ਜਾ ਕੇ ਸਾਰੀ ਮਲਾਈ ਚੁੱਕ ਕੇ ਕੁੰਡੇ ਤੋਂ ਖਾਧੀ। ਜੰਗੇ ਪਲਾਸੀ ਠਾ, ਤੁਸੀਂ ਵੀ ਤੇ ਸਾਡੇ ਜੰਮਣ ਤੋਂ ਪਹਿਲਾਂ ਦੇ ਸਵਾਲ ਪੁੱਛਣ ਡਏ। ਹੁਣ ਦੀਆਂ ਗੱਲਾਂ ਪੁੱਛੋ, ਮੈਨੂੰ ਪੁੱਛੋ ਕਿਆ ਕਿਵੇਂ ਹੋਇਆ ਸੀ, ਦੱਸੋ ਕਿਵੇਂ ਹੋਇਆ। ਤੁਹਾਡੀ ਗਲਤੀ ਆ ਬੇਟਾ ਮੈਨੂੰ ਗੁੱਸਾ ਚੜਿਆ, ਮੈਨੂੰ ਇਸ ਲਈ ਜਜ਼ਬਾਤੀ ਨਾ ਕਰ। ਤੁਸੀਂ ਮਾਸਟਰ ਵੀ ਪ੍ਰੋਫੈਸ਼ਨਲ ਸਟੂਡੈਂਟ, ਚਾਕਾ ਚਾਕਾ ਦੇ ਕੇ ਟੈਂਡੀ ਚ ਮਾਰ। ਇਹ ਮਾਰ ਖਾਣ ਡਿਆ ਕਿ ਗੇਅਰ ਬਦਲਣ ਡਿਆ? ਮੈਨੂੰ ਚੌਥਾ ਗੇਅਰ ਚ ਮਾਰ। ਉਹ ਮੈਨੂੰ ਮਾਰੋ, ਉਹਨੂੰ ਕੀ ਆਉਂਦੀ ਵਿਚਾਰੀ ਨੂੰ? ਬਾਈ ਤੁਸੀਂ ਵੀ ਔਰਤਾਂ ਦੇ ਹੱਥ ਚੁੱਕਦੇ ਹੋ। ਅੱਬਾ ਜੀ ਤੁਹਾਡੇ ਵੀ ਮੈਂ ਪਤਾ ਲੱਗ ਗਿਆ ਤੁਹਾਨੂੰ। ਚੁੱਪੇ ਚੁੱਪ ਦੱਸ ਕੇ ਬੋਲਿਆ ਕਰੋ। ਕਦੀ ਕਦੀ ਇਹਨੂੰ ਸਬਕ ਯਾਦ ਨਹੀਂ ਹੋਇਆ? ਤੂੰ ਦੱਸ ਓਏ। ਮੈਂ ਦੱਸ, 10 ਮਿੰਟ ਘੱਟ 10 ਹੋ ਗਏ। ਸਵਾਲ ਦੱਸ ਸਵਾਲ। ਕੀ ਕੁਛ ਸਵਾਲ? ਤਾਂ ਮੈਨੂੰ ਤੇ ਜਲਦ ਹੀ ਦੇ ਦਿਓ। ਅੱਛਾ ਇੱਥੇ ਨਾ ਹੱਲ ਕਰ ਦੇ, ਚੱਲ ਦੋ। ਹਾਏ ਹਾਏ ਅੱਬਾ ਜੀ, ਜਾਣ ਦਿਓ ਕੀ ਹੋ ਗਿਆ ਜੀ। ਸਵਾਲ ਸੁਣ ਲੈ, ਜਵਾਬ ਦੇ ਕੇ ਟੁੱਟ ਜੀ। ਮੇਰੇ ਵੱਲੋਂ ਸਾਫ ਜਵਾਬ ਹੈ ਜੀ। ਅੱਬਾ ਜੀ ਜਾਣ ਦਿਓ, ਮੇਰਾ ਵੀਰ ਬਿਮਾਰ ਹੋ ਜਾਏਗਾ। ਬਿਮਾਰ ਹੋ ਨਹੀਂ ਜਾਏਗਾ, ਬਿਮਾਰ ਹੀ ਹੈ। ਕਿਉਂ? ਉਹ ਬੇਟਾ ਅਸਲ ਬਿਮਾਰ ਉਹ ਹੁੰਦਾ ਹੈ ਜਿਹਦੇ ਕੋਲ ਤਾਲੀਮ ਨਾ ਹੋਵੇ। ਜਾਣ ਦਿਓ, ਜਾਓ ਦੌੜ ਜਾ। ਬੜੀ ਮਿਹਰਬਾਨੀ ਅੱਬਾ ਜੀ। ਜਾ ਮੇਰਾ ਵੀਰ। ਹਾਏ ਹਾਏ ਤਾਂ ਬਾ ਬੜਾ ਸਸਤ ਹੋ ਰਹਾ ਹੂੰ। ਓਏ ਤੂੰ ਦੱਸੋ ਕਾਕੋ ਪਕਾਇਆ ਕੀ ਹੈ? ਹੈ ਮਾਹੌਲ ਵੀ ਬਦਲੋ ਨਾ, ਮੇਰੀ ਤਾਲੀਮ ਨਾਲ ਢਿੱਡ ਨਹੀਂ ਭਰਦਾ। ਤੈਨੂੰ ਬੇਟਾ ਖੁਰਾਕ ਨਾਲ ਕੀ, ਕਿੰਨਾ ਖਾ ਲੈਨੇ ਤੂੰ? ਪਹਿਲੀ ਤਰੀਕ ਨੂੰ ਬੁਰਕੀ ਮੂੰਹ ਚ ਪਾਏ 30 ਹੋ ਜਾਂਦੀ ਹੈ, ਬੁਰਕੀ ਨਹੀਂ ਮੁੱਕਦੀ ਤੇ। ਜਦੋਂ ਦੇ ਜੰਮੇ ਆ ਮਸਾਂ ਦੀ ਦਾਲ ਹੀ ਪੱਕਣ ਰਹੀ ਹੈ। ਹੋਰ ਮੈਂ ਕਿਹਾ ਅੱਬਾ ਜੀ ਕਦੀ ਕੁੱਕੜ ਵੀ ਪਕਾਓ, ਇਹੋ ਹੀ ਖਾ ਪੁੱਤਰ ਦਾਲ। ਕੁੱਕੜ ਵੀ ਦਾਲ ਖਾ ਕੇ ਵੱਡਾ ਹੁੰਦਾ। ਦਾਲ ਹੀ ਪਕਾਉਂਦੇ ਰਹਿੰਦੇ ਹੋ ਬੇਟਾ। ਤੇਰੇ ਸਾਹਮਣੇ ਇੰਨਾ ਪਰਸੋਂ ਦਾਲ ਖਵਾਈ, ਮੈਂ ਕਿਹਾ ਕੋਈ ਐਸੀ ਚੀਜ਼ ਵੀ ਖਵਾ ਜਿਹੜੀ ਅੰਦਰ ਜਾ ਕੇ ਦਾਲ ਚੂਕ ਲਵੇ। ਇਹਨੂੰ ਫਿਰ ਮੈਂ ਬਤਖ ਖਵਾਈ ਸੀ, ਬਤਖ। ਨਹੀਂ ਨਹੀਂ, ਵੈਸੇ ਸੱਪ ਵੀ ਦਾਲ ਖਾਂਦਾ। ਏ ਆ ਕੁੜੀਏ ਦੱਸ ਜੀ ਅੱਬਾ ਜੀ, ਆਪਣੀ ਨਾਕਾਮੀ ਕੀ ਵਜ੍ਹਾ ਦੂਸਰੋਂ ਕੋ ਸਮਝਣਾ, ਇਹਦੀ ਕੀ ਮਿਸਾਲ? ਲੋ ਅੱਬਾ ਜੀ, ਤੇ ਬੜੀ ਆਸਾਨ ਜੀ ਗੱਲ ਹੈ। ਜਿਸ ਤਰ੍ਹਾਂ ਆਉਣ ਵਾਲੀ ਹਕੂਮਤ ਜਾਣ ਵਾਲੀ ਹਕੂਮਤ ਨੂੰ ਗਲਤ ਕਹਿੰਦੀ ਹੈ, ਤਾਂ ਆਪਣੀ ਤਮਾਮ ਤਰ ਗਲਤ ਜ਼ਿੰਮੇਵਾਰੀ ਵੀ ਜਾਣ ਵਾਲੀ ਹਕੂਮਤ ਤੇ ਪਾਉਂਦੀ ਹੈ। ਏਡੀ ਮੁਸ਼ਕਲ ਮਿਸਾਲ ਕਿਉਂ ਦੇਣ ਦੀ ਹੈ? ਸਿੱਧੀ ਮਿਸਾਲ ਹੈ ਬੇਟਾ, ਪੁੱਤਰ ਮੇਰਾ ਵੀ ਹੈ, ਮੈਂ ਤੇਰੀ ਮਾਂ ਨੂੰ ਕਹਿੰਦਾ ਨਹੀਂ ਤੇਰਾ ਹੀ ਹੈ, ਤੇਰਾ ਹੀ ਹੈ। ਆਹੋ ਜੀ, ਇਹ ਤੇ ਕਰਕੇ ਮੁਕਰਨ ਵਾਲੀ ਗੱਲ। ਹੋ ਲਗਾ ਦੋ, ਹੋ ਮੈਂ ਦੁਨੀਆ ਤੇ ਆਉਂ, ਫੇਸ ਕਰੋ ਦੁਨੀਆ ਨੂੰ, ਕਰੋ ਫੇਸ। ਹੁਣ ਬੜਾ ਲਾਂਤੀ ਹੈ, ਮੈਂ ਇਹਨੂੰ ਮਾਰਾਂ ਜ਼ਰੂਰ ਹੈ, ਫਿਰ ਮੈਨੂੰ ਸੁੱਤੇ ਪੈਰ ਨੂੰ ਟੱਕਰਾਂ ਮਾਰ ਦੇ। ਬਹੁਤ ਬਦਤਮੀਜ਼ ਬੱਚਾ, ਸਿਰ ਤੇ ਚੌਲ ਰੱਖ ਕੇ ਬੈਠੇ ਰਹਿੰਦੇ। ਓਏ ਕੁੜੀਏ ਜੀ, ਅੱਬਾ ਜੀ ਤੂੰ ਦੱਸ ਇਸਲਾਮੀ ਮੁਮਲਿਕਤ ਕਿਹਨੂੰ ਕਹਿੰਦੇ? ਕੋਣ ਪਤਾ ਦੱਸ, ਜਿਹੜਾ ਅਮਰੀਕਾ ਕੋਲ ਮਦਦ ਮੰਗੇ। ਪਤਾ ਆਪੇ ਨੂੰ ਵੀ ਕੋਈ ਨਹੀਂ ਜੇ।
पाकिस्तान क्यों हाथ मारनी कोई चीज लड़ गई कौन जिम्मेदार दस बेटा पाकिस्तान तर्ज़े हुकूमत राय जी जिसकी लाठी उसकी भैंस इशारा किसी ना खुले आंदा कटन कोई डे आंदा बच्चा किसी ना पालन चंगे नाल ये भी कह बारी कह दी जम कोई पे ये तो रे अपनी दी गलती चंगे पलासिया जंगे पलासी कदो इना नहीं पता जंगे पलासी कदो होई सी इन्हें और की दस तुसी मैनू दसो हां जंगे मरासी कदो होई जंगे मरासी जो तो आड़ा टोल गुआचा सी अब भाई ताड़ा टोल ले चुके हैं शेरशाह ये इतना जहीन लड़का है मैंने इन्हें देख के अपनी गलतियां ते बहुत अफसोस होता है बेटा ये दस ग्लोब ते किन्ने ममालिक ने ग्लोब क्यों ना भाई ए होंगे बेटा अच्छा दुनिया का नक्शा हाँ कश्मीर ते कब्जा कर लो ताजी ग्लोब ते 210 मुल्क हैं शाबाश अच्छा ये इतने 210 मुल्क ने भाई वेदा मतलब सारी दुनिया तो ही जमी है चलो छुट्टी चलो छुट्टी छुट्टी अब अपने छुट्टी नहीं खुश होनी है अपने एक एक सवाल दस के छुट्टी दे अभी छुट्टी सारी अबे पुत्र मारी अब भाई मैं बिना थके हुए आके तेरे कुटना ऐसा बदतमीज मुंडा दसो ना दस कहीं ਓ ਮੈਂ ਯਾਰਾ ਗੁੱਲੂ ਕੰਡੇ ਵਾਲੇ ਲੋਆ ਵਾ ਇਹ ਮੈਂ ਕਿਹਾ ਜੀ ਹਾਂਜੀ ਇਹ ਕਦੀ ਘਰ ਦੇ ਬਾਰੇ ਵੀ ਸੋਚ ਲਿਆ ਕਰੋ ਘਰ ਦੇ ਬਾਰੇ ਹੀ ਸੋਚਦਾ ਰਿਹਾ ਤੇ ਹੁਣ ਮੂੜੇ ਥੋੜ ਜਾਂਦੇ ਨੇ ਕੀ ਸੋਚਾਂ ਘਰ ਦੇ ਬਾਰੇ ਚ ਕਿੱਥੇ ਚੱਲੇ ਸੀ ਓ ਯਾਰਾ ਮੈਨੂੰ ਗੁੱਲੂ ਕੰਡੇ ਵਾਲੇ ਨੇ ਬੁਲਾਇਆ ਸੀ ਮੈਂ ਉਹਦੀ ਗੱਲ ਸੁਣ ਕੇ ਆਇਆ ਉਹਨੇ ਬੁਲਾਇਆ ਸੀ ਹਾਂ ਉਹਨੇ ਬੁਲਾਇਆ ਸੀ ਹਾਂ ਤੇ ਮੈਂ ਜਿਹੜਾ ਹਰ ਵੇਲੇ ਬੁਲਾਉਂਦੀ ਰਹਿੰਦੀ ਆ ਤੁਹਾਨੂੰ छोटी बेवकूफ हो गई मत वज गई तेरी अख्तर ना कुड़ी दा लड़ ला दी कद ली ਔਰ ਕੀ ਕਰਦਾ ਮੁੰਡਾ ਅਖਤਰ ਕੀ ਨਹੀਂ ਕਰਦਾ ਤੈਨੂੰ ਕੀ ਪਤਾ ਮੈਂ ਪੁੱਛ ਲਵਾਂਗੀ ਉਹਨੂੰ ਤੂੰ ਨਾ ਪੁੱਛੀ ਕਿਉਂ ਆਮ ਨਹੀਂ ਪੁੱਛੀ ਤਾਂ ਮੁੰਡਿਆਂ ਕੋਲ ਫੇਰ ਕੌਣ ਪੁੱਛੇਗਾ ਉਹ ਗਲਤ ਕੰਮ ਵੀ ਕਰਦੇ ਨਹੀਂ ਤੈਨੂੰ ਕਿਵੇਂ ਦੱਸਾਂਗੇ ਪੁੱਛੇਗਾ ਕੌਣ ਉਹ ਮਾਈ ਰਿਸ਼ਤੇ ਵਾਲੀ ਨੂੰ ਕਵੀ ਉਹਨਾਂ ਦਾ ਚਾਕਾ ਖੁੱਲਿਆ ਹੁੰਦਾ ਮੇਰੇ ਖਿਆਲ ਜੀ ਤੁਸੀਂ ਕੁੜੀਆਂ ਵਿਆਹਣੀਆਂ ਨਹੀਂ ਆਈਆਂ ਆਪਣੀਆਂ ਉਹ ਵਿਆਹ ਲਾਂਗੇ ਰਿਟਾਇਰ ਹੋਵਾਂਗਾ ਜਿੰਨੇ ਪੈਸੇ ਗਵਰਨਮੈਂਟ ਕੋਲੋਂ ਮਿਲਣਗੇ ਉਹਨਾਂ ਦੀਆਂ ਕੁੜੀਆਂ ਵਿਆਹ ਦਿਆਂ ਇਹ ਕਿੰਨੇ ਕੁ ਪੈਸੇ ਤੁਹਾਨੂੰ ਮਿਲਣਗੇ ਤੇ ਤੁਸੀਂ ਕੁੜੀਆਂ ਵਿਆਹ ਦਵੋਗੇ ਇੱਜ਼ਤ ਆਬਰੂ ਨਾ ਜਿਹੋ ਜਿਹਾ ਕਰ ਸਕਾਂਗਾ ਕਰ ਦਿਆਂਗਾ ਤੂੰ ਐਡਾ ਕਿਉਂ ਨੱਚਣ ਡਈ ਐ ਤੂੰ ਕੀ ਲੈ ਆਈ ਸੈਂ ਮੈਂ ਕੁਝ ਨਹੀਂ ਸਾ ਲਿਆਈ ਕੀ ਲੈ ਆਈ ਸੈਂ ਮੇਰੇ ਪਿਓ ਨੇ ਨਾ ਢੇਰ ਸਾਰਾ ਜਹੇਜ਼ ਦਿੱਤਾ ਸੀ ਤੁਹਾਨੂੰ ਉਹ ਢੇਰ ਸਾਰਾ ਜਹੇਜ਼ ਇੱਕੋ ਖੋਤੀ ਰੇੜੀ ਤੇ ਪੂਰਾ ਆ ਗਿਆ ਸੀ ਨਾ ਮੁਰਾਦੇ ਨਾਲ ਚਲਾਉਣ ਵਾਲਾ ਵੀ ਉੱਤੇ ਹੀ ਬੈਠਾ ਸੀ ਤਿੰਨ ਵਾਲ ਵੀ ਉਹਦੇ ਵਿੱਚ ਸਨ ਵੇਖੋ ਜੀ ਵੇਖੋ ਤੁਸੀਂ ਉਂਗਲੀ ਉਂਗਲੀਆਂ ਦੇ ਗਿਣ ਲਓ ਮੇਰੇ ਪਿਓ ਨੇ ਕੀ ਕੀ ਦਿੱਤਾ ਸੀ ਕੀ ਦਿੱਤਾ ਮੇਰੇ ਪਿਓ ਨੇ ਤੁਹਾਨੂੰ ਦਿੱਤਾ ਸੀ ਰੰਗੀਨ ਟੀਵੀ ਰਾਟ ਕੀਤਾ ਉਹਨੇ ਮੇਰੇ ਨਾਲ ਬਲੈਕ ਐਂਡ ਵਾਈਟ ਨੂੰ ਪੈਂਟਰ ਕੋਲੋਂ ਰੰਗੀਨ ਕਰਵਾ ਕੇ ਦੇ ਦਿੱਤਾ ਦੋ ਵਾਰੀ ਗਿੱਲੀ ਟਾਕੀ ਫੇਰੀ ਥਲਿਓ ਫੇਰ ਕਾਲਾ ਸ਼ਾਹ ਨਿਕਲ ਆਇਆ ਮੇਰੇ ਪਿਓ ਨੇ ਮੇਰੇ ਕੰਦ ਨਾਲੋਂ ਵੱਡੀ ਫਰਿੱਜ ਦਿੱਤੀ ਸੀ ਤੁਹਾਨੂੰ ਤੇ ਫਰਿੱਜ ਕਿਹੜੀ ਅਸਲੀ ਸੀ ਅਲਮਾਰੀਆਂ ਵਾਲਿਆਂ ਕੋਲ ਬਣਵਾ ਕੇ ਦੇਤੀ ਹਾਂ ਹੈਂਗਰ ਤੇ ਛੰਨੇ ਲਾ ਕੇ ਉੱਤੇ ਟੰਗਣੇ ਪੈਂਦੇ ਹਾਂ ਨਾ ਮੁਰਾਦੇ ਜੋ ਜਿਹੜਾ ਜ਼ੇਵਰ ਦਿੱਤਾ ਸੀ ਕਿਹੜਾ ਜ਼ੇਵਰ ਐਨਾ ਸਾਰਾ ਜ਼ੇਵਰ ਪਾਇਆ ਸੀ ਮੇਰੇ ਪਿਓ ਨੇ ਸਾਰਾ ਵੇਚ ਛੱਡਿਆ ਤੁਸੀਂ ਉਹ ਕਿਹੜਾ ਸੋਨੇ ਦਾ ਸੀ ਕਾਲਾ ਸੀ ਵੇਸਨ ਲਾ ਕੇ ਤਾਲ ਕੇ ਦੇ ਦਿੱਤਾ ਮੈਨੂੰ ਲੋਹੇ ਦਾ ਜ਼ੇਵਰ ਐਡੇ ਨਾ ਸ਼ੁਕਰੇ ਨਾ ਬਣੋ ਇੱਕ ਟੈਚੀ ਨਹੀਂ ਤੇਰੇ ਪਿਓ ਨੇ ਦਿੱਤਾ ਲੈ ਲੈ ਇੱਕ ਟੈਚੀ ਦਿੱਤਾ ਸੀ ਬੁਲਾਤੀ ਕਦੋਂ ਬੁਲਾਤੀ ਸੀ ਇੱਕੋ ਟੈਚੀ ਸੀ ਜਿਹਦੇ ਚ ਪੇਸਟਰੀਆਂ ਵੇਚਦਾ ਸੀ ਉਹ ਦਿਨ ਦਿੱਤਾ ਨਾ ਸ਼ੁਕਰੇ ਨਦੀ ਦੇ ਲੋਕ ਅਸਲਾਮ ਅਲੈਕੁਮ ਉਸਤਾਦ ਜੀ ਵਾਲੇਕੁਮ
ਸਲਾਮ ਆ ਪੇਸਟਰੀਏ ਬੇਟਾ ਕੀ ਹਾਲ ਏ ਠੀਕ ਆ ਇਹਨੇ ਹੁਣ ਆਪਣਾ ਨਾ ਕੇਕ ਰੱਖ ਲਿਆ ਆਲਾ 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 ਮਾਸਟਰ ਜੀ ਇਹ ਮਿਠਾਈ ਲਵੋ ਓ ਤੇਰਾ ਜੀ ਆ ਉਰਲੀ ਨੂੰ ਰੇ ਕਰਨਾ ਕੀ ਆ ਭਾਈ ਨਾ ਇਹਨੂੰ ਪਰੇ ਕਰਨਾ ਮਾਸਟਰ ਜੀ ਆ ਕੀਓ ਮਿਠਾਈ ਓ ਤੇਰਾ ਤੇ ਲਿਵਿਆ ਨਹੀਂ ਹੋਇਆ ਇਹ ਕੀਤਾ ਹੀ ਉਹ ਇਮਤਿਹਾਨ ਚ ਬਹਿ ਗਈ ਹੈ ਨਹੀਂ ਮਾਸਟਰ ਜੀ ਬਾਜੀ ਕਾਰ ਆ ਗਏ ਨਾ ਖੁਸ਼ੀ ਚ ਅੱਛਾ ਜਿਹੜੀ ਨਸ ਗਈ ਸੀ ਨਸੀ ਥੋੜੀ ਸੀ ਉਹ ਤੇ ਮਾਸੀ ਘਰ ਗਈ ਸੀ ਉਹ ਪਤਾ ਮੈਨੂੰ ਆਪਣਾ ਬੋਲੇ ਦੀਆਂ ਕੁੜੀਆਂ ਵੱਡੀ ਕੁੜੀ ਬੋਲੇ ਦੀ ਗਵਾਹ ਹੋ ਗਈ ਨੱਠ ਗਈ ਮੈਂ ਥਾਣੇ ਉੱਪਰ ਤਾਰ ਦਿੰਦੀ ਖੁਸ਼ੀ ਚ ਵੰਡਣ ਦੇ ਅੱਛਾ ਉਹਦੀ ਮੰਗਣੀ ਹੋ ਗਈ ਹੈ ਹਲਾ ਹਲਾ ਤੇ ਨਾਲੇ ਅੱਬਾ ਜੀ ਨੇ ਕਿਹਾ ਸੀ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਨਾ ਆ ਕੇ ਮੇਰੀ ਗੱਲ ਸੁਣ ਜਾਣਾ ਬੜਾ ਜ਼ਰੂਰੀ ਕੰਮ ਹੈ ਮੈਂ ਸੁਣ ਜਾਵਾਂਗਾ ਫਿਕਰ ਨਾ ਕਰੋ ਤੁਸੀਂ ਅੱਛਾ ਠੀਕ ਹੈ ਅੱਬਾ ਕਿੰਨੇ ਵਜੇ ਜਾਂਦਾ ਜੀ 7 ਵਜੇ ਬਸ ਠੀਕ ਹੈ ਮੈਂ ਆ ਜਾਵਾਂਗਾ ਬੇਟਾ ਚਲੋ ਠੀਕ ਹੈ ਬਾਹਰ ਜਾ ਰਹੇ ਆਹੋ ਇਧਰੋਂ ਮੈਂ ਰਸਤਾ ਬਣਾਇਆ ਹੋਇਆ ਇਧਰੋਂ ਰਸਤਾ ਹੈ ਹਾਂ ਹੁਣ ਕੋ ਜਲੂਸ ਆਇਆ ਤੇ ਇਧਰੋਂ ਹੀ ਭੇਜਾਂ ਫਿਕਰ ਨਾ ਕਰੋ ਆ ਮੈਂ ਜਰਾ ਗੁਲੂ ਕੰਡੇ ਵਾਲੇ ਦੀ ਗੱਲ ਸੁਣਾ ਇਹ ਮੈਂ ਕਿਹਾ ਜੀ ਹਾਂ ਜੀ ਘਰ ਛੇਤੀ ਆ ਜਾਣਾ ਤੂੰ ਕਾਦਲੀ ਕਹਿੰਦੀ ਐ ਮੈਨੂੰ ਤੇਰੇ ਨਾਲ ਬਹੁਤ ਹੀ ਕਾਹਲ ਏ ਤੇ ਨਾਲੇ ਅੱਜ ਹਾਂਡੀ ਚ ਕੀ ਪਾਵਾਂ ਕਮੇਟੀ ਪਾ ਲੈ ਹਾਏ ਹਾਏ ਮੇਰੇ ਤਾਂ ਨਸੀਬ ਹੀ ਸੜ ਗਏ चाम चढ़िखे मैं थोड़ी छाती च वड़ गया सा ना चल वे शकल गुम कर शकल गुम कर सोनी ना ना हुंदी तू ते की हुंदा बस मेरा हो चल 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 वे चल जा चल 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 मुनू की करा मैं तो बस पागल हो गई हां नी शादी है आई चाची नी छेती आ जाया कर की गल चाची ए फड़ मठियाई ਇਹਨਾਂ ਅੰਦਰ ਸਾਂਭ ਕੇ ਰੱਖ ਦੇ ਆਹਾ ਅੱਜ ਫੇਰ ਮਠਿਆਈ ਆਈ ਹੈ ਮੈਨੂੰ ਤੇ ਲੱਗਦਾ ਮੈਂ ਕਿਸੇ ਹਲਵਾਈ ਦੀ ਦੁਕਾਨ ਤੇ ਨੌਕਰੀ ਕਰ ਲਈ ਏ ਨਿਕ ਕਰ ਲਈ ਜਾਈ ਤੂੰ ਕਿਹੜੀ ਸ਼ਰਾਰਤੀ ਹੁੰਦੀ ਜਾਨੀ ਏ ਹੈ ਅੱਛਾ ਇਹਨੂੰ ਅੰਦਰ ਸਾਂਭ ਕੇ ਰੱਖ ਦੇ ਤੇ ਮੈਂ ਚੱਲੀ ਆ ਹਮਸਾਇਆਂ ਵੱਲ ਹੁਣੇ ਆ ਜਾਨੀ ਆ ਘਰ ਦਾ ਧਿਆਨ ਰੱਖੀ ਤੇ ਹਾਂਡੀ ਵੀ ਛਾਣ ਲਈ ਫਿਕਰ ਨਾ ਕਰ ਚਾਚੀ ਕੀ ਗੱਲ ਏ ਵੇਲੇ ਕਿਉਂ ਫਾਸੀ ਲੱਗਦਾ ਸਦਕੇ ਜਾਣਾ ਸੀ ਚਲੋ ਜੇ ਨਹੀਂ ਤਾਂ ਫਿਰ ਦੱਸ ਕੇ ਚਲੇ ਜਾਂਦੇ ਆ ਵੇ ਪਰਾਂ ਮਰ ਤੂੰ ਮੈਨੂੰ ਤੂੰ ਨਾ ਕਹੀਂ ਫਿਰ ਕੀ ਕਵਾਂ ਮੈਨੂੰ ਬੁਲਾਣਾ ਹੋਵੇ ਮੈਨੂੰ ਕਿਆ ਕਰ ਉਨੋ ਹੋ ਵਾਹ ਉਨੋ ਦਾ ਨਹੀਂ ਪਤਾ ਨਹੀਂ ਉਨੋ ਐ ਬੁੱਢੀਆਂ ਕਹਿੰਦੀਆਂ ਨੇ ਮੇਰੇ ਨਾ ਉਨੋ ਨੇ ਨਾ ਨਿਆਮ 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 ਅਸਲਾਮੁਅਲੈਕੁਮ ਵਾਲੇਕੁਮ ਸਲਾਮ ਉਹ ਤਸਵੀਰਾਂ ਦੇਖੇ ਕੌਣ ਲਗਾ ਗਿਆ ਥੋੜੀ ਸੀ ਔਰ ਅਸੀਂ ਦੇਖ ਲੈ ਇਧਰੋਂ ਰਹਿ ਗਈ ਇਧਰੋਂ ਜਾਣੀ ਹੀ ਨਹੀਂ ਚਲੀ ਗਈ ਔਰ ਕੈਸੀ ਹੈ ਆਪ ਮੈਂ ਤੇ ਬਿਲਕੁਲ ਠੀਕ ਆ ਪਰ ਤੈਨੂੰ ਕੀ ਹੋਇਆ ਮੈਂ ਕੈਨੇਡਾ ਵਾਪਸ ਜਾ ਰਹਾ ਹਾਂ ਕੈਨੇਡਾ ਮੈਂ ਆਪਣੇ ਅੰਕਲ ਸੇ ਮਿਲਨੇ ਆਇਆ ਥਾ ਨਾ ਕੈਨੇਡਾ ਕਿੱਧਰ ਜ਼ਿਲ੍ਹਾ ਕਾਮੂਗੀ ਸਾਰਾ ਕੈਨੇਡਾ ਹੀ ਹੈ ਟੋਰਾਂਟੋ ਵਿਨੀਪੈਗ ਕੈਲਗਰੀ ਸਾਧੋ ਕੀ ਕਾਮੋ ਕੀ ਔਰ ਕੈਸੀ ਹੈ ਆਪ मैं बिल्कुल ठीक हूँ मैं जब से आया हूँ अपने अंकल से मिलने के लिए अजीब सी मेरी हालत हो गई है कैनेडा कैनेडा जा रहा हूँ कैनेडा हाँ जा रहे हाँ जल्दी चला जा फिर टांगे बंद हो जाएंगे अब मुझे पंजाबी आती नहीं है बदतमीज नॉन इसेंस तेरे अंकल ने हाँ मेरे अंकल है माय अंकल आई एम गोइंग टू कैनेडा ऐ तो तेरे अब्बा ने अंकल अब्बा की तरह ही होता है तो यहाँ की मट्टी इतनी है लाहौर की बड़ी बथेरी ओहो ऐ की कर रहे हैं मुंह साफ करता ना दौलत से
लता बन देगा बड़ी गर्मी है सारा उससे निकलिया से मैं ये गरीब लोग उठा के ले जाएंगे उधरों ना को आ गए कई पछताने ने किधर आ गए और कैसी हैं आप मैं बिल्कुल ठीक फर्स्ट क्लास अच्छा आहो क्या हुआ मुझे नहीं पता क्यों हो रहा है ए गर्लसी आपने क्यों उठाए की मतलब आप तो मेरी आइडियल हो मेरे ख्वाबों की रानी हो 100 रुपए तो डिग पई है आप फेंके गरीब लोगों का काम है वो उठाएंगे मैं भी तो गरीब ही हूं आप फेंके ना मैं क्यों फेंका फेंक दे आप आपको अल्लाह और देगा मैंने होर नहीं चाहिए गरीब लोग हैं आप खुदा के लिए फेंक दे आप मैं भी गरीब ही हूं आप फेंके तो सी एक दफा सुटो गरीब आवाज वे मैं भी इस घर की नौकरानी हां अल्लाह दा वास्ता ही सुन तेरी मेहरबानी है तू कैनेडा तो आए है नहीं मैं तो रंग महल तो आया ऐ तेरे अंकल ने ओए अब्बा मेरा सगा टीट पक्का नहीं हो पक्का पक्का अल्लाह तू भी की याद करेगा चलो कैनेडा ही चलते हैं फिर शुरू हो गया मैं अंदरों जा पे अंदरों जा पे मैं वे हुन की बीमारी पै गई है तेनू और मैं अंदरों टूट भज गया अंदरों जा पे हां ए गल मेनू कुछ समझ नहीं आई एथे शायर ने शेर फरमाया की ओथे जाके सुनाना लाई बेकदरा नाल यारी ते टूट गई तड़क करके वेला बैठा रहना नशा रुपया ही फड़ लिया मट्टा फड़या ही ते तू वापस आ गई फिर रोन च ते गान च कुछ ते फर्क रहंदे ले रोन च ते गान च फर्क रहंदे अल्लाह जिंदगी ते ला लिया ता औला नियाजी साहब नु ओने कोई फर्क नहीं रहन दता गान च ते रोन च किवें ओ जदो गान पैंदा ओनु शादी ते बुलाओ ना गाने वास्ते ओदे गाने च चलीसवा निकलन लिया हुंदा ओ लाड़े नु बिठा के कहंदे हुंदा तू मैं ढिलाई सेरे बद्धे गाने बद्धे मैं क्यों आया तू मैं कुबड़ा ताया वो कहने पता नहीं की दुख यार रोन दिया पैसे दियो यार पैसे मैंने तेरा बेशुमार हो गया वे की बेशुमार हो गया कुछ दसेगा तो पता लगेगा ना मैंने चुड़ैल बन के चिंबर जा हाय मैं मर गई मैं क्यों चुड़ैल बना ते नाले फिर चुड़ैल बन के तन्नू ही चुमेलना आ बसंत वाले दिन भावे को तंदी वाला चबोल लवे पागल जी को मैंने तेरे नाल प्यार हो गया प्यार तुर फिड़े मु तेरा एने चिर चे चार ब्याह हो जाते ने जिन्हें चिर चे तू मैनू दसिया पहले दसना सी मैं अपने भरा नाल प्यार ना कर दी तेरे नाल कर लेंदी ओ भरा वाला प्यार नहीं दूसरा प्यार दूसरा सानू हुक्म करो सोने भाई अज तुहानू काम गया कल नू तुसी सानू कहोगे असी हैंड मेक सेल्फ मेड वे दूजा केड़ा ਫਿਲਮਾਂ 'ਚ ਨਹੀਂ ਵੇਖਦੇ ਪਹਿਲੇ ਸ਼ਾਨ ਦੀ ਅੱਧੀ ਫੋਟੋ ਆਉਂਦੀ ਉਹ ਰੀਮਾ ਵੱਲ ਦੇਖਦਾ ਰੀਮਾ ਦੀਆਂ ਫਿਰ ਕਿਤਾਬਾਂ ਡੇਗਦੀਆਂ ਫਿਰ ਮਿਊਜ਼ਿਕ ਵੱਜਦਾ ਇੰਜ ਵੇਖਦੀ ਰੀਮਾ ਪਿਆਰ ਹੋ ਜਾਂਦਾ ਹੀ ਉਹ ਪਿਆਰ ਉਹ ਵਾਲਾ ਪਿਆਰ ਮਰ ਜਾਏ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਅੱਜ ਆ ਲੈਂਦੇ ਚਾਚਾ ਚਾਚੀ ਨੂੰ ਦੱਸ ਵੀ ਉਹਨਾਂ ਨੂੰ ਤੇਰੀਆਂ ਕਰਤੂਤਾਂ ਤੈਨੂੰ ਕੁੜੀ ਹੋ ਗਈ ਐਡੀ ਸਾਰੀ ਹੋ ਗਈ ਤੈਨੂੰ ਪਤਾ ਹੀ ਨਹੀਂ ਕਿ ਪਿਆਰ ਕਿਹਨੂੰ ਕਹਿੰਦੇ ਨੇ ਕੀ ਮਤਲਬ ਜਦੋਂ ਤੂੰ ਛੋਟੀ ਜਿਹੀ ਸੀ ਮੱਲੇ 'ਚ ਦਹੀਂ ਲੈਣ ਜਾਂਦੀ ਸਾਂ
ਤੇ ਹੱਟੀ ਵਾਲਾ ਕਹਿੰਦਾ ਸੀ ਮੇਰੀ ਧੀ ਧਿਆਨ ਨਾਲ ਜਾਈ ਦਹੀਂ ਡੁੱਲ ਨਾ ਜਾਏ ਹੈਂ ਉਹੀ ਤੂੰ ਵੱਡੀ ਹੋ ਗਈ ਫਿਰ ਉਹੀ ਦੁਕਾਨਦਾਰ ਬਦੀਦ ਹੋ ਗਿਆ ਦਹੀਂ ਡਿੱਗ ਵੀ ਪੈ ਗਿਆ ਤੇ ਫਿਰ ਹੋਰ ਲੈ ਜਾਣਾ ਕੀ ਹੈ ਉਹ ਚੇਂਜ ਨਜ਼ਰ ਨਾਲ ਦੇਖਦੇ ਨੇ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੈ ਤੂੰ ਬਹੁਤੀਆਂ ਗੱਲਾਂ ਨਾ ਕਰ ਪਤਾ ਨਹੀਂ ਮੇਰੇ ਨਾਲ ਕਿਉਂ ਪਿਆਰ ਨਹੀਂ ਤੁਸੀਂ ਕਰਦੀਆਂ ਮੈਂ ਸਾਰੇ ਮਹੱਲੇ ਦੀਆਂ ਕੁੜੀਆਂ ਨਾਲ ਕਰਨਾ ਮੇਰੇ ਮੂੰਹ ਤੋਂ ਕੀ ਕਮੀ ਮੇਰੇ 'ਚ ਮੈਂ ਤੇਰੇ 'ਚ ਹੈਗਾ ਕੀ ਹੈ ਤੇਰੇ 'ਚ ਕੈਲਸ਼ੀਅਮ ਦੀ ਕਮੀ ਤੇਰੇ 'ਚ ਅਕਲ ਦੀ ਕਮੀ ਤੇਰੇ 'ਚ ਸ਼ਕਲ ਦੀ ਕਮੀ ਤੇਰੇ 'ਚ ਹੈਗਾ ਕੀ ਹੈ ਓਏ ਕਮੀ ਕਮੀਨਾ ਤੇਰੀ ਵਜ੍ਹਾ ਨਾਲ ਮੈਂ ਜ਼ਲੀਲ ਹੋਇਆ ਹੀ ਬਹੁਤੀਆਂ ਗੱਲਾਂ ਨਾ ਕਰ ਪਤਾ ਨਹੀਂ ਮੇਰੇ ਮੂੰਹ ਤੇ ਖਾਲੂ ਲਿਖਿਆ ਹੈ ਤੇਰੇ ਮੂੰਹ ਤੇ ਭਾਈਜਨ ਲਿਖਿਆ ਬਹੁਤੀਆਂ ਗੱਲਾਂ ਨਾ ਕਰ ਬਾਜ਼ਾਰੋਂ ਜਾ ਕੇ ਮੈਨੂੰ ਪਿਆਜ਼ ਲਿਆ ਕੇ ਦੇ ਮੈਂ ਹਾਂਡੀ ਚਾੜਨੀ ਹੈ ਚਾਚੀ ਆਣ ਵਾਲੀ ਹੋਣੀ ਹੈ ਇਹ ਲੈ 5 ਰੁਪਏ ਹੋਣੀ ਹੈ ਮੈਨੂੰ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਤੂੰ ਪਹਿਲੇ ਮਰ ਕੋਈ ਕੰਮ ਕਰ ਫੇਰ ਵੇਖਾਂਗੀ ਹੁਣ ਵੇਖੀ ਮੈਂ ਕਿੰਨਾ ਕੰਮ ਕਰਨਾ ਤੇ ਪਾਗਲ ਹੈ ਘਰ ਜਾਵੇ ਤਾਂ ਪਤਾ ਲੱਗੇ ਤੂੰ ਤੇ ਤੈਨੂੰ ਤਾਂ ਪਤਾ ਨੀ ਹਾਰਾਂ ਵਾਲਾ ਅੰਦਰ ਬੈਠਾ ਹੀ ਪਹਿਲੇ ਦੱਸਿਆ ਕਰ ਬਿਲਕੁਲ ਕਿਉਂ ਬਿਲਕੁਲ ਮੇਰੀ ਗੱਲ ਸੁਣ ਸਾਡੇ ਘਰ ਜਾਈ ਪਤਾ ਕਰਕੇ ਆ ਕੇ ਉਸਨੇ ਕੀ ਲਾ ਮੈਂ ਗਿਆ ਸਾਂ ਉਹ ਗੁੱਲੂ ਕੰਡੇ ਨੇ ਬੜੀ ਖੱਪ ਆਈ ਕਿਉਂਕਿ ਮਾਸਟਰ ਨੂੰ ਅੰਦਰ ਕਰਵਾਤਾ ਸੀ ਬੋਲੇ ਦੀ ਧੀ ਦੇ ਚੱਕਰ 'ਚ ਪਰ ਸਾਰਿਆਂ ਨੂੰ ਇਹ ਤਾਂ ਪਤਾ ਹੈਗਾ ਨਾ ਕਿ ਮੈਨੂੰ ਚੁੜੇਲ 'ਚ ਵੜ ਗਈ ਆ ਸਭ ਨੂੰ ਪਤਾ ਹੈ ਚਾਲੀ ਮੈਨੂੰ ਤਾਂ ਡਰ ਲੱਗਣ ਲੱਗ ਪਿਆ ਮੈਂ ਤਾਂ ਕਹਿੰਦੀ ਤੂੰ ਨੱਚ ਜਾਈਏ ਸਹੀ ਕਹਿੰਦੀ ਹੈ ਤੈਨੂੰ ਉਧਰ ਹੋ ਜਾਓ ਜਦੋਂ ਠੰਡ ਠੰਡਈਆ ਹੋਏਗਾ ਵਾਪਸ ਆ ਜਾ ਠੰਡ ਠੰਡਈਆ ਹੋ ਗਿਆ ਤੇ ਅੱਪੇ ਨੇ ਨਹੀਂ ਕਰਨ ਦੇਣਾ ਫਿਰ ਵੇਖ ਮੇਰੀ ਗੱਲ ਸੁਣ ਗੰਜਿਆ ਉਸੇ ਕੋ ਪਰਚਾ ਪੁਰਚਾ ਤਾਂ ਨਹੀਂ ਹੋਇਆ ਬੜੇ ਪਰਚੇ ਹੋਏ ਜੇ ਸਵੇਰੇ ਕਿੱਥੇ ਬੱਚਿਆਂ ਦੇ ਇਮਤਿਹਾਨ ਸਨ ਤੇ ਉਹ ਨਹੀਂ ਸਾਡਾ ਮਤਲਬ ਹੈ ਕਿ ਪੁਲਿਸ ਵਗੈਰਾ ਤਾਂ ਨਹੀਂ ਆਈ ਪੁਲਿਸਾਂ ਦੇ ਟਰੱਕ ਦੇ ਟਰੱਕ ਆਏ ਨੇ ਕਿੱਥੋਂ ਜਲੂਸ ਨਿਕਲੇ ਆਇਆ ਸੀ ਆ ਮੇਰੇ ਨਾਲ ਬਹੁਤ ਫਰੀ ਹੋਣ ਦੀ ਸ਼ਰਮ ਕਰ ਅੱਛਾ ਗੱਲ ਸੁਣ ਇਹ 500 ਰੁਪਇਆ ਪਛਾਹ ਆਉਂਦੇ ਨੇ ਮੇਰੀ ਉਹਨਾਂ ਨਾਲ ਗੱਲ ਹੋ ਗਈ ਤੇ ਇਹ 100 ਰੁਪਇਆ ਸਾਡੇ ਨਾਲ ਰੱਖ ਧਿਆਨ ਰੱਖਣ ਦਾ ਚਲੋ ਚਲੀ ਆਵਾਜ਼ ਕਿੱਥੋਂ ਆ ਰਹੀ ਮੇਰਾ ਖਾਲੀ ਸ਼ਾਹਰ ਨੂੰ ਬੁਲਾ ਕੇ ਲਿਆਵਾਂ ਉਹੀ ਚੁੜੇਲ ਲੱਗਦੀ ਮੈਂ ਤੇ ਨੌਕਰੀ ਲੱਭੇ ਮੁੜ ਕੇ ਆਪਣੀ ਛੋਮਾ ਨੂੰ ਭੁੱਲ ਜਾਵੇ ਤੂੰ ਭੁੱਲਣ ਵਾਲੀ ਨਹੀਂ ਯਾਦ ਰੱਖਣ ਵਾਲੀ ਚੁੜੇਲ ਅੱਛਾ ਹੁਣ ਮੈਂ ਚੱਲਾਂ ਘਰ ਤੇ ਸ਼ਾਦੀ ਨੂੰ ਦੱਸ ਦੇ ਕਿ ਮੈਂ ਘਰੇ ਹਾਂ ਠੀਕ ਹੈ ਰੱਬ ਰੱਖ ਰੱਬ ਰੱਖ ਮੇਰਬਾਨੀ ਹੈ ਤੁਹਾਡੀ ਵਰਨਾ ਤੁਸੀਂ ਵਧੀਆ ਆਦਮੀ ਹੋ
लेकिन हम की करिए, साड़िया भी कुछ मजबूरिया ने, इन्हों फाइलों का मूह भी तो भरना ही है ना। और जनाब मैं कह रहा हूँ घर सामने में तलाशी ले लो। ना पर इंस्पेक्टर साहब, असि कोई मुजरम है गया। तू चुप करके खलोए। चलो तुसी चारों अंदर जाओ, चंगी तरह सारे घर की तलाशी लवो, एक एक कमरा फोल मारो, जाओ। मास्टर जी हूँ उन्होंने इतराज जो किया ते नाले रपट भी लिखी गई है, ते हुन साडा फर्ज बनदा है कि असीं इतराज करन वाले दा इतराज दूर करिए। ओ जनाब मैं अर्ज कर रहा तुहानू मुकम्मल आजादी है, घर तुहाडे सामने में तलाशी चंगी तरह ले लो, जे कुड़ी बरामद हुंदी है ते मैनू गिरफ्तार कर लो जी। ठीक है, उत्ते किन्ने कमरे ने? उत्ते जनाब एक कमरा उहदे जी मेरा मुंडा जी एक शानी उहनू चुड़ैल चमड़ी उह डके आ जी, अंदर नाल वाला कमरा वाले लख तक पहुंचिया सी, बच्चियां ने ईंटां वेच दित्तियां जी। डॉक्टर साहब अंदर सारा फोल लिया। कोई शै बरामद होई? नहीं जी, कुछ भी नहीं बरामद होया, इन्हें अंदर सारियां रजाइयां उहदे हट्टियां फड़ गए। मेरा मतलब तुसी शानी नूं लगो, सारा इल्जाम ते उहदे ते है। मास्टर जी शानी नूं तुसी आप ही थले बुला दियो। ओ शानी नूं उत्ते चुड़ैल चमड़ी है, तुसी टुर जाओ, मैं नहीं जा सकता, एवें चुड़ैल मेरी वाकफ नहीं, मैं छित्र नहीं खाने उहदे कोल। असीं बड़ियां वेखियां ने इहो जिहे चुड़ैलां। बेटा तुहाडा चुड़ैलां दा फार्म ही चुड़ैलां दा फार्म ते नहीं, पर सानूं वेख के वड्डी वड्डी चुड़ैलां भज जांदियां ने। ए बच्चे नाल जाओ जी, ये तुहानूं जुत्तियां पवाएगा। आओ जी, कोई गल नहीं, आओ असीं आ वेख लैंदे। मैं वापस दिहाड़ी लाके तेरे को वटिया भी तू जी वाण वटे तेरी मैं टिंड पाड़ देनी है। क्यों जी? आई दमे दी फैक्ट्री। मास्टर नु नजर नहीं आ रहे जी। मास्टर नु किथे ने? ओ अक्कू दी पसूड़ी वाल गए ने, विधी फोड़ी ते गए ने। दसो चौकीदार ने ते बोला अक्कू दी पसूड़ी वास्ते गए ने, ये तूड़ी खा गए ने। अक्कू दी पसूड़ी वास्ते क्या है? चौकीदार। अच्छा आहो तुसी भी राती गश्ती पुलिस नाल फिरदे होंदे उत्थे? रोज मुलाकात होंदी मेरी तुहाडी। ओ कदों होंदी है? आहो ओ तुसी रोज मैनूं मिलदे हो, मेरे को सिगरट बन के पीदे हो तुसी, हुण मैं तुहाडे कोल रह नहीं सकदा। क्यों? स्याणे ने कहा भाई अफसर दी गाड़ी तों बचना चाहीदा, घोड़े दी पिछाड़ी तों बचना चाहीदा, ना मैं तेरे कोल लड़ सकदा वा ते पिछों मैं डर लगदा। चल निकल जा के, तू दिन दिन कितने ड्यूटी देना आ गया। शाम को बस तक मुलाकात हो गई मेरे तुहाडी। आओ बायो एम ना स्पेशली है भाई। आओ बे दूर। हां देखो मैं क्या जी सलामा लेकर। माशाल्लाह मीं दे मुसाफिर आए नी। मीं दे मुसाफिर कहन दिया की आ चाचा ठीक ठाक है? शुक्र है अल्लाह। और जी सब खैर है? आया मैं तेरा इंतजार कर रहा हूं। क्यों तू हां धक्का लवा रहा है? तेरे वगैरह होंगे ने जेड़े दिन नु चोरियां करते ने ते रात नु मंगदे ने, अच्छा मुख्तलिफ करानियां मुकमनियां भी करते ने। और सीधा खा। सीधा होके मैं सिर पर ना खलोता जी।
ਤੈਨੂੰ ਸਰਕਾਰ ਸਾਹਮਣੇ ਖਲੋਂਦਾ ਵੱਲ ਨਹੀਂ ਗਾ। ਨਹੀਂ ਸਰਕਾਰ, ਮੈਂ ਤੇ ਆਂਦਿਆ ਸਲਾਮ ਕੀਤੀ ਤੁਹਾਨੂੰ ਜੀ। ਉਹ ਤੂੰ ਦੱਸ ਮੈਨੂੰ ਕਿਹੜੀ ਕਿਹੜੀ ਚੋਰੀ ਕੀਤੀ? ਮੈਂ ਤੇ ਹਲੇ ਨਵਾਂ ਨਵਾਂ ਪਿੰਡੋਂ ਆਇਆ, ਮੈਨੂੰ ਕੀ ਪਤਾ ਤੁਸੀਂ ਮੇਰੇ ਕੋਲ ਕਿਹੜੀ ਕਿਹੜੀ ਚੋਰੀ ਕਰਾਣੀ। ਅੱਗੇ ਲਾ ਕੇ ਕਿਤੇ ਛਿੱਤਰ ਪੈਂਦੇ, ਅੱਗੇ ਲਾ ਕੇ ਤੈਨੂੰ ਥਾਣੇ ਲੈ ਕੇ, ਉਹ ਤੈਨੂੰ ਮੈਂ ਥਾਣੇ ਲੈ ਕੇ ਚੱਲਾਂਗਾ, ਉਦੋਂ ਤੈਨੂੰ ਪਤਾ ਲੱਗਿਆ ਜਦੋਂ ਮੈਂ ਤੇਰੇ ਤੇ 8 ਕੁ ਚੋਰੀਆਂ ਪਾਈਆਂ। ਕੌਣ ਹੈ, ਕੌਣ ਹੈ ਤੂੰ? ਅਜੀ ਮੈਂ ਪਿੰਡੋਂ ਆਇਆ ਬਦਮ ਅਲੀ ਤੋਂ, ਮਾਸਟਰ ਗੁਲਾਮ ਹੈਦਰ ਸਾਹਿਬ ਦੇ ਘਰ। ਭਤੀਜਾ ਜੀ ਉਹਨਾਂ ਦਾ? ਉਹ ਮੈਂ ਜਾਣਦਾ, ਬਾਹਰੋਂ ਕਿਸੇ ਕੋਲ ਪੁੱਛ ਲਿਆਉਣਾ, ਇਹ ਮਾਸਟਰ ਗੁਲਾਮ ਹੈਦਰ ਦਾ ਘਰ ਹੈ। ਨਹੀਂ ਜੀ ਨਹੀਂ, ਮੈਂ ਵਾਕਈ ਉਹਨਾਂ ਦਾ ਭਤੀਜਾ ਜੀ। ਓਏ ਅੱਗੇ ਲੱਗ, ਓਏ ਅੱਗੇ ਲੱਗ। ਕੀ ਹੋਇਆ ਜੀ? ਅਸਲ ਗੱਲ ਕੀ? ਓਏ ਅਸਲ ਗੱਲ, ਹਾਏ ਹਾਏ, ਮੈਂ ਮੂੰਹ ਨੰਗਾ ਲੈ ਕੇ ਆ ਗਿਆ। ਮੈਨੂੰ ਮਾਰਨਾ ਸ਼ੁਰੂ ਕਰਦਾ, ਹੁਣ ਦੱਸ ਮੇਰੇ ਪਿਛਲੇ ਆ ਕੇ ਬਾਬੀ ਰਿਵਾਜ ਪੈ ਗਏ ਪਿੰਡੋ ਵੀ ਆ ਰਿਹਾ ਨੀ ਹੁਣ। ਸਾਗ ਤੇ ਜਲੇਬੀਆਂ ਪਾ ਲਿਆ ਕਰਨਾ, ਤੂੰ ਗੱਲਾਂ ਕਰਨਾ ਉਹਨੂੰ ਸਾਦਾ ਬੰਦੇ ਨੂੰ ਜਾਣਦੇ। ਰੋਟੀ ਤੇ ਸਾਗ ਰੱਖਿਆ ਹੁੰਦਾ, ਗਾਈ ਜਾਣਾ ਲਗੇ ਜਾਣਾ, ਮੋਢੇ ਤੇ ਰੱਖ ਲਈ ਖੇਸੀ, ਤੁਰ ਚੱਲੇ ਪਰਦੇਸੀ। ਉਹ ਸਾਗ ਥੱਲੇ ਡਿੱਗ ਪਾਣਾ, ਥੱਲੇ ਹੜੇ ਕੜੀਆਂ ਫੜ ਕੇ ਉੱਤੇ ਰੱਖ ਕੇ ਮੋਢੇ ਤੇ ਰੱਖ। ਬਿੱਲੀਆਂ ਬਿੱਲੀਆਂ ਦਾ ਮਾਮਲਾ, ਕੁੱਤਾ ਪਿੱਛੇ ਹਟ ਜਾ। ਬੇਬੇ ਨੂੰ ਪਤਾ ਲੱਗ ਗਿਆ।
ਅੰਦਰ ਨੂੰ ਬੁਲਾਣਾ ਪੈਣਾ ਮੈਂ ਪੁੱਛਣ ਦਈ ਆ ਤੂੰ ਇੱਥੋਂ ਤੱਕਰ ਪਹੁੰਚਿਆ ਕਿਵੇਂ ਉਹ ਟਾਂਗੇ ਤੋਂ ਬੈਠਾ ਮਾਰਨਾ ਬਾਈ ਟਾਂਗੇ ਤੋਂ ਬੈਠਾ ਟਕ ਟਕ ਕਰਦਾ ਉਹ ਟੇਸ਼ਨ ਤੇ ਆ ਕੇ ਮੈਨੂੰ ਉਹ ਗੱਡੀ ਮਿਲੀ ਮਾਥੋਂ ਉਤਰ ਕੇ ਤੇ ਬੰਦਿਆਂ ਕੋਲੋਂ ਪੁੱਛਿਆ ਸ਼ਹਿਰ ਚ ਆ ਕੇ ਲੱਭਦਾ ਲਪਾਂਦਾ ਤੁਹਾਡੇ ਸਾਹਮਣੇ ਆ ਕੇ ਖਲੋ ਮੈਨੂੰ ਆਪਣੇ ਸਾਹਮਣੇ ਨਾ ਸਮਾਂ ਚਾਹ ਆਪਣੇ ਸਾਹਮਣੇ ਰੱਖ ਸ਼ੀਸ਼ਾ ਸ਼ੀਸ਼ਾ ਵੇਖ ਤੇ ਹੱਸ ਹੱਸ ਕੇ ਤੂੰ ਮਰ ਜਾ ਸ਼ੀਸ਼ੇ ਤੇ ਮੈਨੂੰ ਬੜੀ ਗਰਮੀ ਹਾਏ ਕਾਹਦੇ ਵਾਸਤੇ ਜਦੋਂ ਵੀ ਮੈਂ ਉਹਦੇ ਚ ਵੇਖਿਆ ਸ਼ੈਨੀ ਨਜ਼ਰ ਆਇਆ ਮੈਂ ਮੇਰਾ ਕਿ
थाने वाले ज्यादती की थी। की कीता ना? मेरा तो अन्ना सफाई छड़ दिता उन्होंने। चोरी का केस ही तू सा नसीबा जी मार सानू अगे थाने बड़ा मारे मैं क्यों मारे ने कहते ने मारिया तो नहीं नवा लेत्र आता रनिंग पूरी की लेकिन आपे ने रगड़ाई ठीक की थी। हाँ हाँ चलो वे अंदर दफा हो तुम मार दे काम करो फोटो आए अखबार चीज की कह वाह। अच्छा आपा जी पिछली तो माफी दे दो इंशाल्लाह यह काम जरूर करांगा कि मेरी अखबार च फोटो आएगी। की करेगा सवेरे फ्लाइंग कोच लुटांगा। सबसे आला ओ पूरी डब्बी दे मैं पूरी डब्बी सबसे आला पूरी डब्बी पिया मैं मजा जितो पियो मजा आए जितो भी मिलन जितने हो मेरे नहीं तू आ अरे बच्चे ने अजे कर अब तुले पापे आ साथ में ना जा आज ये वो खुश करता है गुड फ्लैग का डंबल ए सिगरेट जेड़ा खाए मैं पीनिया बड़ी तेज दा। हां जी गुड फ्लैग। हां मैं दो त्रे वारी बदलिया मैं नहीं मजा आया इहदे बगैर गोल्ड फ्लैग दा ते अपने एक मजा है। आ जी एदा ते सगी सरगर पट दा अपना मजा है। सही गल है। ओ हो किधर चले हो जिधर मर्जी तुहानू की देखो जी देखो ताडी औलाद जवान है ताडी औलाद दी खिदमत करनी है ताडी खिदमत करनी है फिर ही हर वेले मेरे नाल लड़दे ही रहंदे ने चिट्टा चाटा हो गया मेरा तेरा चिट्टा चाटा हो गया ही आहो मेरा अंदर आटा खराब हो गया ही
ਬਰਕਤ ਮੰਦਾ ਹੋ ਗਿੱਲੇ ਗੋਹੇ ਬਾਲਿਆ ਤੁਕ ਤੁਕ ਤੁਆ ਹੋ ਜੰਗਲ ਪਹਾੜ ਵੀ ਪੜਤੇ ਹੈ ਨਾ ਦੇ ਅਲੀ ਅਲੀ ਸਭ ਕੀ ਮੁਸ਼ਕਲ ਕੋ ਹੱਲ ਕਰੋ ਯਾ ਮੁਸ਼ਕਲ ਕੁਸ਼ਾ ਅਲੀ ਯਾ ਅੱਲਾ ਮੀਆਂ ਸਰਕਾਰੇ ਦੋ ਆਲਮ ਦੇ ਸਦਕੇ ਚ ਸਾਡੇ ਪਿਆਰੇ ਵਤਨ ਪਾਕਿਸਤਾਨ ਤੇ ਰਹਿਮਤਾਂ ਫਰਮਾ ਅਸੀਂ ਇੰਨੇ ਜੋਗੇ ਨਹੀਂ ਅਸੀਂ ਬੇਈਮਾਨੀਆਂ ਨਹੀਂ ਛੱਡਣੀਆਂ ਤੂੰ ਹੀ ਰਹਿਮਤਾਂ ਕਰਨੀ ਅਸੀਂ ਅੱਧਾ ਖਵਾ ਬੈਠੇ ਹਾਂ ਅੱਧੇ ਦੇ ਮਗਰ ਪਏ ਇਧਰ ਕੋ ਆ ਗਿਆ ਇਧਰ ਕੋ ਗਿਆ हमने सन्यास ले ली जंगलों में चले गए दरवेश हो गए दुनियादारी हमने त्याग दी है छोड़ दी है दुनिया असी तेरे ते मेहरबान हो गए पूंड दम करके तेरे पजामे च छड़ देंगे ऐश पूंड ना छड़ी क्यों पूंड ना छड़ी की वजह है उन्नू नहीं पता होंदा कुछ भी ਪੂੰਡ ਨੂੰ ਨਹੀਂ ਪਤਾ ਹੁੰਦਾ ਤੇ ਤੈਨੂੰ ਤੇ ਪਤਾ ਲੱਗ ਜਾਏਗਾ ਨਾ ਨਾ ਕਰ ਖਿਆਲ ਨਾ ਕਰ ਖਿਆਲੀ ਪੂੰਡ ਵੜਿਆ ਹੋਇਆ ਹੀ ਓਏ ਬੇਵਕੂਫਾ ਯੈਲੋ ਕਲਰ ਦਾ ਹੁੰਦਾ ਹੈ ਗਵਰਨਮੈਂਟ ਦੀ ਸਕੀਮ ਹੈ ਦੱਸੋ ਹੁਣ ਸਸਤਾ ਮਿਲੇਗਾ ਮੁੜ ਕੇ ਕਿਸ਼ਤਾਂ ਚੜ ਜਾਣੀਆਂ ਸਾਈਂ ਜੀ ਹੱਥ ਨਾ ਜੋੜ ਅਸੀਂ ਦੁਨੀਆਦਾਰੀ ਛੱਡ ਦਿੱਤੀ ਹੈ ਹੁਣ ਸਾਨੂੰ ਕੋਈ ਰਿਸ਼ਤਾ ਦਿੰਦੇ ਹੱਥ ਜੋੜ ਜੋੜ ਕੇ ਦੁਨੀਆਦਾਰੀ ਛੱਡਤੀ ਹੈ ਹਾਂ ਹੁਣ ਜਮਾਦਾਰੀ ਸ਼ੁਰੂ ਕੀਤੀ ਹੈ ਚਲੇ ਜਾ ਮੂਰਖ ਸਾਈਂ ਜੀ ਦੁਆ ਕਰੋ ਅਸੀਂ ਏਡੇ ਪਹੁੰਚੇ ਹੁੰਦੇ ਤੇ ਸਾਡੇ ਥੱਲੇ ਬਜ਼ਾਰੋਂ ਨਾ ਹੁੰਦੀ ਸਾਈਂ ਜੀ ਅੱਲਾ ਦੇ ਤੁਹਾਡੇ ਉੱਤੇ ਕਰਮ ਹੋਏ ਪੈ ਨੇ ਕਬੀਰਾ ਕਲ ਯੁਗ ਪਰਤਿਆ ਸਾਧਨਾ ਮਾਨੇ ਕੋ ਇਧਰ ਕੋ ਆ ਆ ਗਿਆ ਕਬੀਰਾ ਕਲ ਯੁਗ ਪਰਤਿਆ ਸਾਧਨਾ ਮਾਨੇ ਕੋ ਅੱਜ ਕਾਮੀ ਕ੍ਰੋਧੀ ਮਸਖਰਾ ਤਿੰਨ ਕੀ ਪੂਜਾ ਹੋ ਕਬੀਰਾ ਤੇਰੀ ਝੌਂਪੜੀ ਗਲ ਕਟਿਓ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੁਮ ਕਿਉਂ ਭੈ ਉਦਾਸ ਸਾਈਂ ਜੀ ਅਸੀਂ ਦੁਨੀਆਦਾਰੀ ਛੱਡ ਦਿੱਤੀ ਅਸੀਂ ਕਾਲੇ ਸੱਪ ਦੀ ਸ਼੍ਰੀ ਦੇ ਵਿੱਚ ਸੁਰਮਾ ਪੀਸ ਕੇ ਤੇਰੀਆਂ ਅੱਖਾਂ 'ਚ ਪਾ ਦਾਂਗੇ ਅੰਨਾ ਹੋ ਜਾਏ ਐਸ਼ ਕਰ ਜਿੱਥੇ ਮਰਜ਼ੀ ਭੱਜਾ ਫਿਰੀ ਮੈਂ ਫਿਰ ਭੁੱਲ ਕੇ ਤੁਹਾਡੇ ਘਰ ਵੜ ਜਾਵਾਂਗਾ ਬਤਾ ਕਿਆ ਦੁੱਖ ਹੈ ਤੁਝੇ ਦੁਆ ਕਰੋ ਕਿਆ ਦੁਆ ਕਰੋ ਮੇਰੇ ਘਰ ਔਲਾਦ ਨਹੀਂ ਹੁੰਦੀ ਨਾ ਵਿਆਹ ਹੋਇਆ ਹੋਇਆ ਇਹ ਕਿਸ ਤਰ੍ਹਾਂ ਦੀ ਪੁੱਠੀ ਦੁਆ ਮੰਗਾਉਣ ਡਿਆ ਵਿਆਹ ਵੀ ਨਹੀਂ ਹੋਈ ਤੇ ਔਲਾਦ ਵੀ ਨਹੀਂ ਹੋਈ ਵਿਆਹ ਤੋਂ ਬਗੈਰ ਔਲਾਦ ਸੋਫੇ ਚ ਹੋ ਪੈਣੀ ਹੈ ਨਹੀਂ ਪੱਲਿਓ ਪਾਓ ਪੱਲਿਓ ਪਾਤੀ ਤੇ ਫਿਰ ਤੂੰ ਕਹਿਣਾ ਇਹ ਵੀ ਜ਼ਿਆਦਤੀ ਹੈ ਕੋਈ ਨਿੰਬੂ ਨਹੀਂ ਹੈਗੇ ਜਿਹੜੇ ਅਸੀਂ ਪੱਲਿਓ ਪਾ ਦਿਆਂਗੇ ਗਗਨਤਾ ਖਿਦਮਾਨ ਮਕੱਜਲ ਪਾਂਡੇ ਟਿੰਡੇ ਸਾਹਮਣੇ ਲਾਓ ਆਓ ਆ ਗਏ ਬੱਦਲ ਵੇ ਕੌਣ ਹੈ ਵੇ ਤੂੰ ਕੀ ਲੈਣ ਆਈ ਹੈ ਮੂਰਖ ਨਾਰੀ ਹਮਨੇ ਦੁਨੀਆ ਤਿਆਗ ਦੀ ਛੋੜ ਦੀ ਦੁਨੀਆ ਨਹੀਂ ਤੋ ਕਿਆ ਹਮਾਇਓ ਹਮਾਇਓ ਮਾਂ ਪਿਓ ਨੇ ਨਾ ਬਾਦਸ਼ਾਹ ਵਾਲਾ ਰਹਿ ਦਿੱਤਾ ਖੀਸੇ ਚ ਟਗਾ ਨੇ ਵੇ ਤੈਨੂੰ ਕੀ ਹੋਇਆ ਤੂੰ ਤੇ ਫਕੀਰ ਹੀ ਹੋ ਗਿਆ ਤੂੰ ਆਪੇ ਤੇ ਕਿਹਾ ਸੀ ਇਸ਼ਕ ਤੋਂ ਬਾਅਦ ਬੰਦਾ ਫਕੀਰ ਹੋ ਜਾਂਦਾ ਵੇ ਸ਼ਦਾਈਆ ਮੈਂ ਤੇ ਐਵੇਂ ਸੁਣੀ ਸੁਣਾਈ ਗੱਲ ਕੀਤੀ ਸੀ ਤੂੰ ਸੱਚੀ ਮੁੱਚੀ ਦਿਲ ਤੇ ਲਾ ਬੈਠਾ ਅਸੀਂ ਪਾਕਿਸਤਾਨੀ ਹੈ ਥੋੜ ਦਿਲੇ ਹੁੰਨੇ ਆ ਅਸੀਂ ਤੇ ਉਹ ਕੌਮ ਹੈ ਇੱਕ ਮੇਮ ਅੰਗਰੇਜ਼ ਔਰਤ ਮਾਲ ਰੋਡ ਤੇ ਫਿਰਦੀ ਵੇਖ ਲਈਏ ਸਾਰੀ ਦਿਹਾੜੀ ਉਹਦੇ ਮਗਰ ਹੀ ਲੰਘ ਜਾਂਦੀ ਅਸੀਂ ਆਸ਼ਾ ਪਾਸ਼ਾ ਸਾੜ ਕੇ ਰੱਖ ਦੇਂਗੇ ਤੇਰੀ ਖਾਤਰ ਵੇ ਨਾ ਵੇ ਨਾ ਮੈਂ ਤੇ ਹਲੇ ਜ਼ਿੰਦਗੀ ਦਾ ਵੇਖਿਆ ਹੀ ਕੁਝ ਨਹੀਂ ਪ੍ਰੇਮ ਤੋਂ ਵੱਧ ਕੇ ਕਿਹੜੀ ਚੀਜ਼ ਹੁੰਦੀ ਵੇਖਣ ਵਾਲੀ ਪਰ ਉਹ ਤੇ ਤੈਨੂੰ ਹੈ ਨਾ ਮੇਰੇ ਨਾਲ ਮੈਨੂੰ ਤੇ ਨਹੀਂ ਹੈਗਾ ਨਹੀਂ ਨਹੀਂ ਅਸੀਂ ਦੁਨੀਆਦਾਰੀ ਛੱਡ ਦਿੱਤੀ ਏ ਅਸੀਂ ਦਰਵੇਸ਼ ਹੋ ਗਏ ਸਾਨੂੰ ਇਹੀ ਕਰਕੇ ਸਾਡੀ ਦਰਵੇਸ਼ੀ ਨਾ ਖੋਲੇ ਕਿਧਰੇ ਅੱਛਾ ਜੋਗੀ ਜੀ ਤੁਸੀਂ ਅੱਖਾਂ ਬੰਦ ਕਰਕੇ ਇੱਥੇ ਬੈਠੋ ਤੇ ਦੱਸੋ ਮੇਰੇ ਦਿਲ 'ਚ ਕੀ ਏ ਤੇਰੇ ਦਿਲ 'ਚ ਆਹੋ ਤੇਰੇ ਦਿਲ 'ਚ ਕਾਮੋ ਕੀ ਏ ਪੱਤੋ ਕੀ ਏ ਸਾਧੋ ਕੀ ਏ ਤੇਰੇ ਦਿਲ 'ਚ ਸਾਡਾ ਪ੍ਰੇਮ ਪਿਆਰ ਮੁਹੱਬਤ ਹੈ ਹੋਰ ਇਹ ਬਾਕੀ ਗੱਲਾਂ ਅਸੀਂ ਵਿਆਹ ਤੋਂ ਬਾਅਦ ਦੱਸਾਂਗੇ ਹੋਰ ਹੋਰ ਸ਼ਹਿਰ ਐਸਾ ਲਾਹੌਰ ਹਰ ਬੰਦੇ ਨੂੰ ਕਹਿੰਦਾ ਲਿਆ ਹੋਰ ਹੋਰ ਤੁਰ ਫਿਟੇ ਮੂੰਹ ਆਪਣੇ ਹੱਥੋਂ ਵੀ ਦਵਾਈ ਪਾਗਲਾ ਉਹਦੇ ਪਿੱਛੇ ਡੋਰ ਹੀ ਥੋੜੀ ਸੀ ਮੇਰੀਆਂ ਵੀ ਅੱਖਾਂ ਬੰਦ ਸਨ ਤੁਸੀਂ ਪਰਾਸ ਹੋ ਤੁਹਾਨੂੰ ਵੀ ਖਿਆਲ ਨਾ ਆਏ ਇਧਰ ਕੋ ਆ ਆ ਗਿਆ ਅਸੀਂ ਤੈਨੂੰ ਖੂਹਾਂ ਦਿੰਨੇ ਆਪਣੀ ਮਾਂ ਨੂੰ ਖਵਾ ਦੀ ਖੀਰ ਦੇ ਨਾਲ ਦੁਆਵਾਂ ਦਿੰਨੀ ਮਰੇਗੀ ਨਹੀਂ ਅਸੀਂ ਹੋਮਿਓਪੈਥਿਕ ਸ਼ੁਰੂ ਕੀਤਾ ਹੈ ਕਿੱਥੇ ਚਲੇ ਜਾਂਦੇ ਨੇ ਸਾਰੇ ਨਜ਼ਰ ਹੀ ਕੋਈ ਨਹੀਂ ਆਂਦਾ ਘਰ ਦੇ ਵਿੱਚ ਮੈਂ ਤੇ ਓਹੋ ਇੰਨੇ ਦਿਨਾਂ ਬਾਅਦ ਤੁਹਾਨੂੰ ਮੇਰੀ ਯਾਦ ਆ ਗਈ ਹੈ ਤੂੰ ਤੇ ਹੁਣੇ ਨਾਲ ਹੀ ਬੇਵਫਾਈਆਂ ਸ਼ੁਰੂ ਕਰ ਦਿੱਤੀਆਂ ਤੇ ਵਿਆਹ ਤੋਂ ਬਾਅਦ ਕੀ ਕਰੇਂਗਾ ਬੇਵਫਾਈ ਮੈਂ ਨਹੀਂ ਕਰ ਰਿਹਾ ਨਸਰੀਨ ਲੱਗਦਾ ਤਕਦੀਰ ਮੇਰੇ ਨਾਲ ਕਰ ਰਹੀ ਹੈ ਕੀ ਮਤਲਬ ਮੈਂ ਮੁਜਰਮ ਹਾਂ ਤੇਰਾ ਕਸੂਰਵਾਰ ਹਾਂ ਮੈਨੂੰ ਮਾਫ ਕਰ ਦੇ ਨਸਰੀਨ ਤੇ ਤੈਨੂੰ ਪਤਾ ਮੇਰਾ ਚਾਚੇ ਦਾ ਪੁੱਤਰ ਪਿੰਡੋਂ ਮੇਰੇ ਰਿਸ਼ਤੇ ਵਾਸਤੇ ਆਇਆ ਹੋਇਆ ਹੈ ਹਾਂ ਮੈਂ ਜਾਣਦਾ ਲੇਕਿਨ ਮੁਹੱਬਤ ਦਾ ਇੰਜਾਮ ਸਿਰਫ ਸ਼ਾਦੀ ਤੇ ਨਹੀਂ ਹਾਂ ਮਾਂ ਬਾਪ ਦਾ ਵੀ ਹੱਕ ਹੈ ਔਲਾਦ ਤੇ ਨਸਰੀਨ ਖੁੱਲ ਕੇ ਗੱਲ ਕਰ ਕੀ ਕਹਿਣਾ ਚਾਹ ਰਹੇ ਹੈ ਗੱਲ ਇਹ ਕਿ ਅਗਰ ਮੈਂ ਨਿਜ਼ਾਮ ਪਟਵਾਰੀ ਦੀ ਧੀ ਪਾਸ਼ੀ ਨਾਲ ਵਿਆਹ ਨਾ ਕੀਤਾ
तो मेरी मां मर जाएगी और अपनी मां मैं मरते नहीं देख सकता। वे जे मामा दी गल्लां एनियां ही मननियां होंदियां जे ना ते मिलन तो भला मामा ने पूछ के आया करो। मेनू आसा दे बुए ते बिठा के आ मां प्यो ने मगर लग गए। जा शक्ल दूर कर अपनी। नसरीन तू ते मैं तेरी कोई गल नहीं सुनना चाह रही। जा दफा या तू। नसरीन एक गल सुन मेरी। चल चला जा इत्थों। मैं कुछ नहीं सुनना चाह रही। ठीक है तू मैनू मेरी मां तो मेरी जन्नत तो दूर करना चाहनी है। वह तू तो शह ही कोई नहीं। मां की अजमत तो तेरे जी लखा कुर्बान। असी परसों के वेले बैठे हाथ नहीं पहुंचे एडा तू शौक हक दे छोटिया छोटिया शरारत लुका शरारत कर पी जिद सारा घर सड़ के सुहा हो जाता। पर होया की है कुछ मैनू भी तो दसो ना। पुलिस घर च वेख के तेन पता नहीं लगन दिया की होया। दोए दिया कड़िया पा के जो बाजार चो लंघा गा जेडे मुंडे मेरे अदब च खलो जाते सन मेरे ते उंगला चुकन। दुआ करी घरों बहर पैर रखा ते अनेरा हो जाए आगे मेरे एहतराम चुकन वाली अखा मैनू इस हालत च ना वेख। चलो मास्टर जी ठहरो। तुसी कौन हो जी? की कर रहे हो? मैं इस इलाके का नवा असिस्टेंट कमिश्नर शेर शाह हाँ। मास्टर जी ये की है? मैं तो तुम्हें मुबारकबाद देना है सर छगे एसी लागे। खैर मुबारक जीवंदा रहो। यार आंदे ने शानी ने कोई कुड़ी अगवा कर ली। यार कोई सोच समझ के कोई तफ्तीश करके मामले की फिर किसी को गिरफ्तार करना आया करो। ऐ मुँह चुके आ जाते मास्टर साहब। उन्हें कुड़ी अगवा नहीं की ताड़ा शगिर्द ना असलम खान। हाँ मजिस्ट्रेट हो गया उसकी अदालत में उन्होंने शादी की। मैं गवाह सा ली थी। कितने शानी शानी वारी ते मेरी सी। साडी वारी आई ते पुत्तू रो पिया। दसो यार आ की बन गया? मुबारक हो गए ना। मुबारक ही तेन मुबारक जो देती हूं तेन की चाहिए
जा तेरे मुंह ते दर दर मुबारक ही ऐस भाई कच्चा कच्चा ही तोड़ लिया चुप चुप Oh, oh.